ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਵੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈਪੀ ਸੱਚ ਨਿਕ ਹੋਸੀ ਪੀ ਸੱਚ ਮੁਖ ਉਚਰ ਸਾਸਤਰ ਖਟ 빙ਗ ਗਿਰਨ ਚੜ ਜਾ ਲਖੈ ਬਦਰ ਸੁਣ ਜਾਉ ਕਾਲ ਕਿਰਪਾ ਕਰਾਈ ਨਹ ਸਮਰਥੰ ਨਹ ਸੇਵਕੰ ਨਹ ਪੀਤ ਪਰਮਪੁਰਖੋ ਤਮੰ ਸਾਉ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪ੍ਰਖ ਭਗਵਾਨ ਦਸਨ ਦਾ ਉਸ ਕਹ ਜਨ ਨਾਨਕ ਜੇ ਹਾ ਤੂ ਕਰਾਏ ਏ ਤੇ ਹਾ ਹਾ ਕਰੀ ਵਖਿਆਨ ਦਸਨ ਦਾਸ ਕਹ ਜਨ ਨਾਨਕ ਜਿਹਾ ਤੂ ਕਰਾਏ ਏ ਤੇਹਾ ਹਉ ਕਰੀ ਵਖਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰਾ ਮਰ ਜਾਓ ਆਖਣ ਔਖਾ ਸਾਚਾ ਨਾ ਸਾਚੇ ਨਾਮ ਕੀ ਲਾਗੈ ਭੂਖ ਤਿਤ ਭੂਖਾ ਖਾਏ ਚਲਿਆ ਹੈ ਦੁਖਾ ਆ ਕਾ ਜੀਵਾ ਵਿਸਰਾ ਮਰ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੇ ਤੇ ਪਾਵਨ ਪਗ ਤਵਛਲ ਅੰਤਰਜਾਮੀ ਕਰਣਾ ਨਿਧਾਨ ਗੁਰੂ ਗਰੀਬ ਨਵਾਜ ਕਲ ਜੋ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਖਾਦਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ ਸਜੇ ਹੋ ਦੀਵਾਨਾ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਆਸਾਤ ਸੰਗਤ ਜੀ ਹੋਰ ਵੀ ਕੋਈ ਸਮਾ ਪਿਆਰ ਸਤਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ ਵਿਚਾਰ ਦੀ ਪਰਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਆਖਾ ਜੀਵਾ ਵਿਸਰ ਮਰ ਜਾਓ ਆਸਾ ਰਗ ਅੰਦਰ ਧਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਜਿਸ ਸਮੇ ਗਰੀਬਨਵਾਜ਼ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਗਰ ਕਰਤਾਰਪੁਰ ਸਾਹਿਬ ਵਿਖੇ ਆਏ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਸਮੇਂ ਸਿਮਰਨ ਕਰਦੇ ਰਹਿੰਦੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਔਰ ਮਾਤਾ ਤ੍ਰਿਪਤਾ ਜੀ ਨੇ ਇੱਕ ਦਿਨ ਬੇਨਤੀ ਕੀਤੀ ਹੈ ਹੇ ਲਾਲ ਜੀ ਹਰ ਸਮੇਂ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਹੋ ਬਹੁਤ ਸਾਰੇ ਹੋਰ ਵੀ ਕਈ ਮਹਾਤਮਾ ਦੇਖੇ ਉਹਨਾਂ ਦਾ ਕੋਈ ਨਾ ਕੋਈ ਨਿਜ਼ਮ ਹੁੰਦਾ ਕਿ ਇੰਨਾ ਸਮਾਂ ਪਰਮੇਸ਼ਰ ਦਾ ਸਿਮਰਨ ਕਰਨਾ ਉਹਨਾਂ ਦੀ ਕੋਈ ਨਾ ਕੋਈ ਮਰਜ਼ਾਦਾ ਸੀਮਾ ਹੁੰਦੀ ਹੈ ਉਸ ਨਿਜ਼ਮ ਅਨੁਸਾਰ ਪਰਮਾਤਮਾ ਦਾ ਨਾਮ ਜਪਦੇ ਨੇ ਪਰ ਤੁਸੀਂ ਹਰ ਸਮੇਂ ਪਰਮਾਤਮਾ ਦਾ ਨਾਮ ਜਪਦੇ ਹੋ ਇਹਦਾ ਕਾਰਨ ਕੀ ਹੈ ਹੋਰ ਵੀ ਬਹੁਤ ਸਾਰੇ ਮਹਾਤਮਾ ਸਾਧੂ ਰਿਖੀ ਮੁਨੀ ਹੈ ਉਹਨਾਂ ਦੀ ਵੀ ਤਾਂ ਕੋਈ ਨਾ ਕੋਈ ਮਰਜ਼ਾਦਾ ਹੁੰਦੀ ਹੈ ਕੋਈ ਨਾ ਕੋਈ ਸੀਮਾ ਹੁੰਦੀ ਹੈ ਕੋਈ ਹੱਦ ਹੁੰਦੀ ਹੈ ਕਿ ਉਹਨਾਂ ਸਮਾਂ ਹੀ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਤੋਂ ਮਹਾਰਾਜ ਹਜ਼ੂਰ ਨੇ ਮਾਤਾ ਜੀ ਦੇ ਇਹ ਬੇਨਤੀ ਕਰਨ ਤੇ ਗਰੀਬ ਨਿਵਾਜ ਸਤਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ ਆਖਾ ਜੀਵਾ ਵਿਸਰੈ ਮਰ ਜਾਓ ਈ ਮਾਤਾ ਜੀ ਅਕਾਲ ਪੁਰਖ ਪਰਮੇਸ਼ਰ ਦੀ ਜੇ ਨਾਮ ਅਸੀਂ ਕਾਖਦੇ ਹਾਂ ਜਪਦੇ ਹਾਂ ਤਾਂ ਹੀ ਜੀਵਤ ਭਾਵ ਵਿੱਚ ਰਹਿੰਦੇ ਹਾਂ ਤਾਂ ਹੀ ਸਾਡੇ ਆਤਮਿਕ ਜਿਹੜੀ ਹੈ ਜੀਵਤ ਭਾਵ ਵਿੱਚ ਰਹਿੰਦੀ ਹੈ ਤਾਹੀਂ ਅਕਾਲਪੁਰਖ ਪਰਮੇਸ਼ਰ ਦਾ ਸਿਮਰਨ ਕਰਦੇ ਹੋਏ ਜੀਵਤ ਭਾਵ ਵਿੱਚ ਰਹਿੰਦੇ ਹਾ ਆਖਣ ਔਖਾ ਸਾਚਾ ਨਾਉ ਤੇ ਫਿਰ ਕਹਿੰਦੇ ਜੀ ਜਿਹੜੇ ਹੋਰ ਮਹਾਤਮਾ ਰਿਸ਼ੀ मुਨੀ ਐ ਉਹ ਤਾਂ ਥੋੜਾ ਸਮਾਂ ਨਾਮ ਜਪਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਮਾਤਾ ਜੀ ਆਖਣ ਔਖਾ ਸਾਚਾ ਨਾਉ ਪਰਮੇਸ਼ਰ ਦਾ ਨਾਮ ਜਪਣਾ ਬੜਾ ਔਖਾ ਹੈ ਬੜਾ ਦੁੱਤਰ ਹੈ ਬਹੁਤ ਗਠਨ ਹੈ ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਹੀ ਨਾਮ ਜਪਿਆ ਜਾਂਦਾ ਹੈ ਆਪਣੇ ਬਲ ਦੁਆਰਾ ਕਦੇ ਸਾਧ ਸੰਗਤ ਜੀ ਕੋਈ ਨਾਮ ਨਹੀਂ ਜਪ ਸਕਦਾ ਵਾਗ ਗੁਰੂ ਦੀ ਕਿਰਪਾ ਹੋ ਜਾਵੇ ਪਰਮਾਤਮਾ ਰਹਿਮਤ ਕਰ ਦੇਵੇ ਤਾਂ ਪਰਮੇਸ਼ਰ ਦਾ ਨਾਮ ਜਪੇਦਾ ਹੈ ਜੇ ਅਕਾਲ ਪੁਰਖ ਪਰਮਾਤਮਾ ਦੀ ਦਇਆ ਦ੍ਰਿਸ਼ਟੀ ਹੋ ਜਾਵੇ ਜਿਵੇਂ ਹਜੂਰ ਦੇ ਸੀ ਬਚਨ ਪੜ੍ਹਦੇ ਹਾਂ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ हे परमात्मा आप कृपा ਕਰਕੇ ਨਾਮ ਜਪਾਓ ਤਾਂ ਜਪ ਸਕਦੇ ਹਾਂ ਆਪ ਮਹਾਰਾਜ ਗੁਣ ਗਵਾਓ ਤਾਂ ਮਹਾਰਾਜ ਆਪ ਜੀ ਦੀ ਗੁਣ ਗਾ ਸਕਦੇ ਹਾਂ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਮਿਹਰ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਹਿਰਦੇ ਹੋ ਕੇ ਪਰਮਾਤਮਾ ਦਾ ਨਾਮ ਜਪਿਆ ਔਰ ਇਸ ਪ੍ਰਕਾਰ ਆਖਣ ਔਖਾ ਸਾਚਾ ਨਾਉ ਨਾਮ ਜਪਣਾ ਬੜਾ ਔਖਾ ਹੈ ਸਾਧ ਸੰਗਤ ਜੀ ਗੱਲ ਹੀ ਬਾਤੀ ਕਹਿ ਦੇਣਾ ਕਿ ਭੱਲਿਆਂ ਦਾ ਤਾਂ ਵੇਹਲਿਆਂ ਦਾ ਕੰਮ ਹੈ ਪਰਮੇਸ਼ਰ ਦਾ ਨਾਮ ਜਪਣਾ ਵੇਲੇ ਬੰਦੇ ਮਾਲਾ ਫੇਰਦੇ ਰਹਿੰਦੇ ਆ ਪਰ ਕੋਈ ਵੇਲਾ ਬੈਠ ਕੇ ਵੀ ਪਰਮੇਸ਼ਰ ਦਾ ਨਾਮ ਜਪ ਕਰਕੇ ਦੇਖ ਲਾਵੇ ਚੌਂਕੜਾ ਲਗਾ ਕੇ ਬੈਠ ਕਰਕੇ ਤਾਂ ਦੇਖੇ ਹਜੂਰ ਕਹਿੰਦੇ ਗੁਰੂ ਕਿਰਪਾ ਤੋਂ ਬਿਨਾ ਪਰਮੇਸ਼ਰ ਦਾ ਨਾਮ ਜਪਣਾ ਬੜਾ ਔਖਾ ਹੈ ਸਾਧ ਸੰਗਤ ਜੀ ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਮੇਂ ਇੱਕ ਭਾਈ ਛੱਜੂ ਜੀ ਹੋਇਆ ਗੁਰੂ ਦਾ ਪਿਆਰ ਵਾਲਾ ਸਿੱਖ ਹੈ ਉਹ ਬਜਾਜੀ ਦੇ ਕੀਰਤ ਕਰਿਆ ਕਰਦਾ ਤੇ ਸਾਧ ਸੰਗਤ ਜੀ ਉਸ ਨੇ ਨਾਲ ਨਾਲ ਸਿਮਰਨ ਕਰਨਾ ਪਰਮੇਸ਼ਰ ਦਾ ਜੀਵਨ ਦੀ ਸਫਲਤਾ ਵਾਸਤੇ ਦੁਨਿਆਵੀ ਸੁੱਖਾਂ ਨੂੰ ਪਾਉਣ ਦੇ ਵਾਸਤੇ ਕੀਰਤ ਕਰਦਿਆਂ ਹੋਇਆ ਉਹ ਧਰਮ ਦੀ ਕੀਰਤ ਕਰਦਾ ਤੇ ਜੀਵਨ ਨੂੰ ਸਫਲ ਬਣਾਉਣ ਦੇ ਵਾਸਤੇ ਪਰਮੇਸ਼ਰ ਦਾ ਸਿਮਰਨ ਕਰਦਾ ਰਹਿੰਦਾ ਸੀ ਬੜੇ ਹੀ ਪਿਆਰ ਵਾਲਾ ਲਾਹੌਰ ਦੇ ਵਿੱਚ ਰਹਿਣ ਵਾਲਾ ਗੁਰੂ ਕਾ ਪਿਆਰ ਵਾਲਾ ਸਿੱਖ ਸੀ ਤੇ ਇੱਕ ਵਾਰ ਸਤ ਸੰਗਤ ਜੀ ਬਹੁਤ ਭਾਰੀ ਵਰਖਾ ਹੋ ਰਹੀ ਸੀ ਆਪਣੀ ਦੁਕਾਨ ਤੇ ਬੈਠਾ ਹੋਇਆ ਭਾਈ ਛੱਜੂ ਪਰਮਾਤਮਾ ਦਾ ਸਿਮਰਨ ਕਰ ਰਿਹਾ ਚੌਕੜਾ ਲਗਾ ਕੇ ਬੈਠਾ ਹੋਇਆ ਤੇ ਬਹੁਤ ਭਾਰੀ ਵਰਖਾ ਹੋ ਰਹੀ ਸੀ ਤੇ ਕੁਝ ਮਜ਼ਦੂਰ ਉੱਥੇ ਆ ਕਰਕੇ ਉਹਦੀ ਦੁਕਾਨ ਦੇ ਕੋਲ ਖਲੋ ਗਏ ਬਹੁਤੀ ਜ਼ਿਆਦਾ ਵਰਖਾ ਹੋ ਰਹੀ ਸੀ ਬਹੁਤਾ ਮੀਂਹ ਪੈਣੇ ਕਰਕੇ ਉਹਨਾਂ ਨੂੰ ਕੋਈ ਕੰਮ ਕਿਤੇ ਨਾ ਮਿਲਿਆ ਇਸ ਪ੍ਰਕਾਰ ਮਜ਼ਦੂਰੀ ਦਾ ਕੰਮ ਕਰਨ ਵਾਸਤੇ ਆਏ ਸੀ ਕੰਮ ਨਾ ਮਿਲਣੇ ਕਰਕੇ ਉੱਥੇ ਜਦੋਂ ਦੁਕਾਨ ਦੇ ਕੋਲ ਖਲੋਤੇ ਹੋਏ ਨਜ਼ਰ ਆਏ ਤੇ ਭਾਈ ਛੱਜੂ ਜੀ ਨੇ ਗੁਰੂ ਕੇ ਪਿਆਰ ਵਾਲੇ ਸਿੱਖ ਨੇ ਪੁੱਛਿਆ ਕਹਿਣ ਲੱਗੇ ਭਲੇ ਤੁਸੀਂ ਕੌਣ ਹੋ ਇੱਥੇ ਕਿਉਂ ਖਲੋਤੇ ਹੋ ਤੇ ਬੜੇ ਨੇਤਰਾਂ ਵਿੱਚ ਜਲ ਪਾਰ ਆਇਆ ਕਹਿਣ ਲੱਗੇ ਕਿ ਅਸੀਂ ਹਰ ਰੋਜ਼ ਮਜ਼ਦੂਰੀ ਕਰਦੇ ਕੰਮ ਕਰਦੇ ਆਂ ਜਿਸ ਕਰਕੇ ਜੋ ਸਾਨੂੰ ਮਜ਼ਦੂਰੀ ਮਿਲਦੀ ਐ ਪੈਸੇ ਮਿਲਦੇ ਉਹਦੇ ਕਰਕੇ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਪਰ ਅੱਜ ਵਰਖਾ ਹੋਣੇ ਕਰਕੇ ਸਾਨੂੰ ਕੰਮ ਨਹੀਂ ਮਿਲਿਆ ਤੋ ਇੱਥੇ ਆ ਕਰਕੇ ਅਸੀਂ ਖਲੋਤੇ ਹਾਂ ਕਿ ਸਾਨੂੰ ਕੋ ਕੰਮ ਮਿਲ ਜਾਵੇ ਤੇ ਭਾਈ ਛੱਜੂ ਨੂੰ ਕਿਹਾ ਕਹਿੰਦੇ ਮੈਂ ਤੁਹਾਨੂੰ ਕੰਮ ਦੇਣਾ ਇੱਕ ਦਿਹਾੜੀ ਦੇ ਜਿਵੇਂ ਤੁਹਾਨੂੰ 4 ਆਨੇ ਮਿਲਦੇ ਐ ਨਾ ਮੈਂ 8 ਆਨੇ ਦੇਵਾਂਗਾ ਉਨੇ ਸਮੇਂ ਦੇ ਤੁਹਾਨੂੰ ਡਬਲ ਪੈਸੇ ਦੇਵਾਂਗਾ ਪਰ ਤੁਹਾਨੂੰ ਕੰਮ ਕਰਨਾ ਪਵੇਗਾ ਜੋ ਮੈਂ ਕਹਾਂਗਾ ਉਹ ਬੜੇ ਖੁਸ਼ ਹੋਏ ਸਾਧ ਸੰਗਤ ਜੀ ਕਹਿੰਦੇ ਅਸੀਂ ਹੁਣੇ ਕਰਦੇ ਹਾਂ ਸਾਨੂੰ ਦੱਸੋ ਤਾਂ ਸਹੀ ਕੰਮ ਵਾਸਤੇ ਤਾਂ ਆਏ ਆ ਕਹਿੰਦੇ ਵਿਹਲੇ ਬੈਣਾ ਬਸ ਚੌਂਕੜਾ ਲਗਾ ਕੇ ਬੈਠ ਕੇ ਨਾਮ ਜਪਣਾ ਪਰਮੇਸ਼ਰ ਦਾ ਸਿਮਰਨ ਕਰਨਾ ਮਾਲਾ ਫੜ ਕੇ ਨਾਮ ਜੱਪੀ ਜਾਓ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਜੱਪੀ ਜਾਵੋ ਚਾਰ ਆਨੇ ਦੀ ਥਾਂ ਤੇ ਅੱਠ ਆਨੇ ਤੁਹਾਨੂੰ ਦੇਵਾਂਗਾ ਕਹਿਤਾ ਦਿੱਤਾ ਜੀ ਠੀਕ ਹੈ ਬੜੀ ਖੁਸ਼ੀ ਖੁਸ਼ੀ ਬੈਠ ਗਏ ਪਰ ਜਦੋਂ ਥੋੜਾ ਸਮਾਂ ਲੰਘਿਆ ਕਦੇ ਉਸਰ ਵੱਟ ਭੰਨਣ ਕਦੇ ਇੱਧਰ ਕਦੇ ਉੱਧਰ ਨ ਹੋੜ ਕਦੇ ਅਵਾਚੀਆਂ ਆਉਣਾ ਕਿਉਂਕਿ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ ਜਾਂ یوں ਕਹ ਲਈਏ ਕਿ ਸੰਸਾਰ ਪਰਦਾ ਸਭ ਤੋਂ ਔਖਾ ਹੈ ਪਰਮੇਸ਼ਰ ਦਾ ਨਾਮ ਜਪਣਾ ਪ੍ਰਮਾਤਮਾ ਦਾ ਸਿਮਰਨ ਕਰਨਾ ਸਭ ਤੋਂ ਕਠਿਨ ਹੈ ਵੈਗੁਰੂ ਦਇਆ ਦ੍ਰਿਸ਼ਟੀ ਕਰ ਦੇਵੇ ਤਾਂ ਨਾਮ ਜਪਿਆ ਜਾਂਦਾ ਹੈ ਤੇ ਜਦੋਂ ਥੋੜਾ ਸਮਾਂ ਲੰਘਿਆ ਤੇ ਮਾਲਾ ਵਗਾ ਕੇ ਮਾਰੀਏ ਕਹਿੰਦੇ ਪਾਈ ਸਿੱਖਾ ਸਾਡੇ ਤੋਂ ਇਹ ਕੰਮ ਨਹੀਂ ਹੁੰਦਾ ਇਹ ਗਿੱਲਾ ਪੀਣ ਪਾਇ ਸਾਡੇ ਤੋਂ ਕੰਮ ਨਹੀਂ ਹੁੰਦਾ ਸਾਨੂੰ ਮਜ਼ਦੂਰੀ ਮਿਲ ਜਾਵੇ ਤਾਂ ਚੰਗੀ ਗੱਲ ਆਉ ਭਾਵੇਂ ਸਾਰਾ ਦਿਨ ਅਸੀਂ ਕੰਮ ਕਰਦੇ ਜੀ ਥੱਕਦੇ ਨਹੀਂ ਆ ਪਰ ਥੋੜਾ ਸਮਾਂ ਚੌਕੜਾ ਲਗਾ ਕੇ ਬੈਠਣਾ ਪਿਆ ਤੇ ਸਾਨੂੰ ਬਾਛੀਆਂ ਆਉਣ ਲੱਗ ਪਈਆਂ ਕਦੇ ਸਾਡੇ ਗੋਡੇ ਦਰਦ ਕਰਨ ਲੱਗ ਪਏ ਆ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਆਖਣ ਔਖਾ ਸਾਚਾ ਨਾਉ ਪ੍ਰਮਾਤਮਾ ਦਾ ਨਾਮ ਜਪਣਾ ਬੜਾ ਔਖਾ ਹੈ ਗੁਰੂ ਕਲਗੀ ਤਰਪੇਤਾ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਦੇ ਦੀਵਾਨ ਸਜਿਆ ਹੋਇਆ ਤੇ ਕੁਝ ਪੰਡਿਤ ਲੋਕ ਬ੍ਰਾਹਮਣ ਲੋਕ ਚੱਲ ਕਰਕੇ ਆਏ ਨੇ ਆ ਕੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਇਹ ਮਹਾਰਾਜ ਸਭ ਕੁਝ ਦਾਨ ਪੁੰਨ ਪੂਜਾ ਪ੍ਰਤੀਸ਼ਟਾ ਸਭ ਕੁਝ ਆਪ ਜੀ ਨੇ ਆਪਣੇ ਸਿੱਖਾਂ ਨੂੰ ਹੀ ਬਖਸ਼ਿਸ਼ ਕਰਕੇ ਨਿਵਾਜ ਦਿੱਤਾ ਹੈ ਤੇ ਮਹਾਰਾਜ ਸਾਡਾ ਕੀ ਹਾਲ ਬਣੇਗਾ ਲੋਕ ਸਾਡੀ ਆਉ ਭਗਤੀ ਕਰਿਆ ਕਰਦੇ ਸੀ ਸਾਨੂੰ ਦਰਸ਼ਨੀ ਭੇਟਾ ਦਿਆ ਕਰਦੇ ਸਨ ਸਾਡੀ ਪੂਜਾ ਕਰਦੇ ਸੀ ਬੜਾ ਸਤਿਕਾਰ ਮਾਨ ਕਰਿਆ ਕਰਦੇ ਸੀ ਪਰ ਮਹਾਰਾਜ ਆਪ ਜੀ ਨੇ ਖਾਲਸੇ ਪੰਚ ਦੀ ਥਾਪਨਾ ਕਰਕੇ ਸਭ ਕੁਝ ਖਾਲਸੇ ਦੀ ਝੋਲੀ ਪਾ ਦਿੱਤਾ ਸਾਨੂੰ ਤਾਂ ਮਹਾਰਾਜ ਕੋਈ ਜਾਣਦਾ ਹੀ ਨਹੀਂ ਹੁਣ ਮਹਾਰਾਜ ਜਿਹੜੇ ਲੋਕ ਸਾਡੇ ਕੋਲ ਆ ਕਰਕੇ ਫਰਿਆਦਾਂ ਕਰਦੇ ਸੀ ਬਹੁਤਾਤ ਵਿੱਚ ਬਹੁਤੇ ਲੋਕ ਸਾਡੇ ਕੋਲ ਆਇਆ ਕਰਦੇ ਸਨ ਮਹਾਰਾਜ ਹੁਣ ਸਾਡਾ ਕੀ ਬਣੂਗਾ ਸੰਸਾਰ ਦੇ ਅੰਦਰ ਕਿਵੇਂ ਗੁਜ਼ਾਰਾ ਚੱਲੇਗਾ ਤਾਂ ਗੁਰੂ ਕਲਤ ਕਲਗੀਧਰਪਤਾ ਮਹਾਰਾਜ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਕੰਮ ਦੇਂਦੇ ਹਾਂ ਪਰਮੇਸ਼ਰ ਦਾ ਸਿਮਰਨ ਕਰੋ 8 ਘੰਟੇ ਬੈਠ ਕੇ ਨਾਮ ਜਪਣਾ 8 ਘੰਟੇ ਤੇ ਹਰ ਰੋਜ਼ ਪੰਜ-ਪੰਜ ਮੋਹਰਾ ਕੱਪੜੇ ਫਿਰ ਘੋ ਸ਼ਕਰ ਛਕਣ ਵਾਸਤੇ ਹੋਰ ਵੀ ਲੋੜੀਂਦੇ ਪਦਾਰਥ ਤੁਹਾਨੂੰ ਦਿਆ ਕਰਾਂਗੇ ਹਰ ਰੋਜ਼ ਜਦੋਂ 8 ਘੰਟੇ ਨਾਮ ਜਪੋਗੇ ਪੰਜ ਮੋਹਰਾ ਇਹ ਲੋੜੀਂਦੇ ਪਦਾਰਥ ਛਕਣ ਤੇ ਪਹਿਨਣ ਵਾਸਤੇ ਵੀ ਮਿੜਿਆ ਕਰਨਗੇ ਕਹਿੰਦੇ ਜੀ ਤਾਂ ਕੰਮ ਹੀ ਬੜਾ ਸੌਖਾ ਹੈ ਉਹ ਸਾਧ ਸੰਗਤ ਜੀ ਮਾਲਾ ਲੈ ਕੇ ਬੈਠ ਗਏ ਤੇ ਜਦੋਂ ਨਾਮ ਜਪਣਾ ਸ਼ੁਰੂ ਕੀਤਾ ਤੇ ਮਹਾਰਾਜ ਸੇਬ ਜੀ ਨੇ ਭਾਈ ਆਲਮ ਸਿੰਘ ਨੂੰ ਵਜਨ ਕੀਤਾ ਕਿ ਇਹਨਾਂ ਤੇ ਤਕੜਾਈ ਰੱਖਣੀ ਪਹਿਰਾ ਰੱਖਣਾ ਹੱਥ ਵੇ ਸਲੋਤਰ ਫੜ ਕੇ ਨੇੜੇ ਖਲੋ ਜਾਵੋ ਕਿ ਕੋਈ ਇਧਰ ਉਧਰ ਝਾਕੇ ਨਾ ਕੋਈ ਆਲਸ ਨਾ ਕਰੇ 8 ਘੰਟੇ ਲਗਾਤਾਰ ਇਹਨਾਂ ਨੂੰ ਸਿਮਰਨ ਕਰਵਾਉਣਾ ਹੈ ਜਦੋਂ ਸਾਧ ਸੰਗਤ ਜੀ 1-2 ਘੰਟਾ ਲੰਘਿਆ ਤੇ ਫਿਰ ਉਸਤ ਵਾਟ ਭੰਨਣ ਲੱਗ ਪਏ ਆਖਰਕਾਰ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਮਾਲਾ ਸੁੱਟ ਦਿੱਤੀ ਹੈ ਕਹਿੰਦੇ ਮਹਾਰਾਜ ਗਿੱਲਾ ਪੀਣਾ ਸਾਡੇ ਤੋਂ ਨਹੀਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲੇਓ ਤੁਹਾਡੇ ਭਲੇ ਵਾਸਤੇ ਹੀ ਐ ਤੁਸੀਂ ਆਪ ਹੀ ਦਾਅ ਕਰਕੇ ਫਰਿਆਦ ਕੀਤੀ ਹੈ ਗੁਰੂ ਨਾਨਕ ਪਾਤਸ਼ਾਹੀ ਦੇ ਦਰਬਾਰ ਦੇ ਅੰਦਰ ਇਸ ਕਰਕੇ ਤੁਹਾਨੂੰ ਕਿੰਨਾ ਸੁੱਖ ਮਿਲਣਾ ਇਹ ਦੇ ਵਿੱਚੋਂ ਕਹਿੰਦੇ ਨਾ ਮਹਾਰਾਜ ਇਹ ਨਹੀਂ ਸਾਡੇ ਤੋਂ ਹੁੰਦਾ ਬੜਾ ਔਖਾ ਹੈ ਨਾਮ ਜਪਣਾ ਬੜਾ ਮਹਾਰਾਜ ਸੱਚੇ ਪਾਤਸ਼ਾਹ ਔਖਾ ਹੈ ਤੇ ਫਿਰ ਕਹਿੰਦੇ ਮਹਾਰਾਜ ਕਹਿੰਦੇ ਕੀ ਕਰਨਾ ਹੈ ਕਹਿਣ ਲੱਗੇ ਮਹਾਰਾਜ ਇਹ ਸਾਡੇ ਵਾਸਤੇ ਤਾਂ ਰਾਹੁ ਕੇਤੂ ਦੋ ਬੈਲ ਹਮਾਰੇ ਸਾਢ ਸਤੀ ਹੈ ਖੇਤੀ ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆ ਵੇ ਛੇਤੀ ਸਾਡੇ ਵਾਸਤੇ ਮਹਾਰਾਜ ਇਹੋ ਚੰਗੇ ਆ ਕਿਸੇ ਨੂੰ ਕਹਤਾ ਕਿ ਤੇਰੇ ਤੇ ਰਾਹੁ ਕਿਸੇ ਨੂੰ ਕੇਤੂ ਕਹਤਾ ਕਿ ਤੇਰੇ ਤੇ ਭਾਰਾ ਪੈ ਗਿਆ ਇਹ ਤੇਰੇ ਤੇ ਮਾੜਾ ਦਿਨ ਆ ਗਿਆ ਮਾੜਾ ਆਪ ਛਗਨੇ ਆ ਮਾੜਾ ਗ੍ਰਹਿ ਤੇਰੇ ਤੇ ਭਾਰੂ ਪੈ ਗਿਆ ਇਹ ਮਹਾਰਾਜ ਸਾਡੇ ਵਾਸਤੇ ਇਹੋ ਜਿਹੜੇ ਚੰਗੇ ਆ ਲੋਕਾਂ ਨੂੰ ਬਥੇਰਾ ਸਿੰਘ ਪਰਮਾ ਲੈਂਦੇ ਹਾਂ ਤੇ ਪਤਰੀਆਂ ਖੋਲ-ਖੋਲ ਕਰਕੇ ਲੋਕਾਂ ਦੀ ਹੱਥਾਂ ਦੀਆਂ ਰੇਖਾਵਾਂ ਦੇਖਣੀਆਂ ਚੰਗੇ ਮਾੜੇ ਦਿਨਾਂ ਦੀਆਂ ਵਿਚਾਰਾਂ ਕਰ-ਕਰਕੇ ਦੱਸਣੀਆਂ ਹੈ। ਏਹ ਮਹਾਰਾਜ ਇਹੋ ਸਾਡੇ ਵਾਸਤੇ ਚੰਗਾ ਹੈ। ਇਹ ਤਾਂ ਇਹ ਜਾਣੋ ਕਿ ਸਾਡੇ ਸ਼ਿਕਾਰਣ ਹੈ ਪਤਰੀ ਰੂਪ ਸਾਡੇ ਕੋਲ ਸ਼ਿਕਾਰਣ ਹੈ। ਇਹ ਬੜੇ ਛੇਤੀ ਸ਼ਿਕਾਰ ਫੜ-ਫੜ ਕੇ ਲੈ ਕੇ ਆਵੰਦੀ ਹੈ। ਸਾਧ ਸੰਗਤ ਜੀ ਅੱਜ ਇਸੇ ਤਰ੍ਹਾਂ ਹੀ ਅਸੀਂ ਨਾ ਚੀਜ਼ਾਂ ਦਾ ਸ਼ਿਕਾਰ ਹੰਦੇ ਜਾ ਰਹੇ ਹਾਂ। ਚੰਗੇ ਮਾੜੇ ਦਿਨਾਂ ਦੀਆਂ ਵਿਚਾਰਾ ਕਰਨੀਆਂ ਜੋਤਸ਼ੀਆਂ ਕੋਲ ਜਾ ਕਰਕੇ ਪੱਤਰੀਆਂ ਖਲਾਉਣੀਆਂ ਹੱਥਾਂ ਦੀਆਂ ਰੇਖਾਵਾਂ ਦਿਖਾਉਣੀਆਂ ਚੰਗੇ ਮੰਦੇ ਮਹੂਰਤ ਕਢਾਉਣੇ ਚੰਗੇ ਮੰਦੇ ਦਿਨਾਂ ਦੀ ਵਿਚਾਰਾ ਕਰਨੀ ਹੈ ਅੱਜ ਅਸੀਂ ਵੀ ਇਹਨਾਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ ਪਰ ਮਹਾਰਾਜ ਹਜੂਰ ਨੇ ਜੋ ਸਿੱਖ ਦਾ ਨਿਜਮ ਸਿੱਖ ਦੀ ਮਰਜ਼ਾਦਾ ਕਾਇਮ ਕੀਤੀ ਹੈ ਨਾ ਜਮਹਾਰਾਜ ਸੇਵ ਜੀ ਨੇ ਜੋ ਸਾਨੂੰ ਗੁਰਮਤਿ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰਮਰ ਦੇ ਦਾਰੇ ਤੋਂ ਇਹ ਕਹਿ ਲਈ ਕਿ ਉਲਟਾ ਹੈ ਜਿੰਨੀਆਂ ਵੀ ਇਹ ਮਨਮਤਾਂ ਕਰਨੀਆਂ ਹਨ ਇਸ ਕਰਕੇ ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਕਹਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਪਰਮਾਤਮਾ ਦਾ ਨਾਮ ਜਪਣਾ ਬੜਾ ਔਖਾ ਹੈ ਹਜੂਰ ਬਖਸ਼ਿਸ਼ ਕਰ ਰਹੇ ਨੇ ਇਹ ਮਾਤਾ ਜੀ ਜੀਵਤ ਭਾ ਵਿੱਚ ਰਹਿੰਦੇ ਜੇ ਪਰਮਾਤਮਾ ਦਾ ਨਾਮ ਜਪਦੇ ਹਨ ਪਰ ਮਾਤਾ ਜੀ ਦੇ ਬੇਨਤੀ ਕਰਨ ਤੇ ਕਿ ਹਰ ਕੋਈ ਮਹਾਤਮਾ ਉਹਨਾਂ ਦੀ ਕੋਈ ਨਾ ਕੋਈ ਸੀਮਾ ਹੁੰਦੀ ਹੈ ਕੋਈ ਮਰਜ਼ਾਦਾ ਹੁੰਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮਾਤਾ ਜੀ ਨਾਮ ਜਪਣਾ ਬੜਾ ਔਖਾ ਹੈ ਪਰਮਾਤਮਾ ਕਿਰਪਾ ਕਰੇ ਦਰਸ ਕਰੇ ਰਹਿਮ ਕਰੇ ਤਾਂ ਨਾਮ ਜਪਿਆ ਜਾਂਦਾ ਹੈ ਸੱਚੇ ਨਾਮ ਕੀ ਲਾਗੈ ਭੁੱਖ ਜਿਨ੍ਹਾਂ ਦੇ ਹਿਰਦੇੰਦਰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਪਿਆਸ ਲੱਗ ਜਾਂਦੀ ਹੈ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਭੁੱਖ ਪੈਦਾ ਹੋ ਜਾਂਦੀ ਹੈ ਜਿਵੇਂ ਜਿਹੜਾ ਮਨੁੱਖ ਭੁੱਖਾ ਹੋਵੇ ਨਾ ਤਨ ਦੀ ਪੂਰਤੀ ਕਰਨ ਦੇ ਵਾਸਤੇ ਪੇਟ ਭਰਨ ਦੇ ਲਈ ਭੁੱਖ ਲੱਗਦੀ ਤੇ ਕਿਦਾਂ ਤੜਫਦਾ ਹੈ बार-बार ਤੜਫਦਾ ਨਾ ਭੋਜਨ ਮਿਲੇ ਸਮੇਂ ਸਰ ਪ੍ਰਸ਼ਾਦਾ ਕੋਈ ਛਕਣ ਵਾਸਤੇ ਨਾ ਮਿਲੇ ਤੇ ਕਿਦਾਂ satsang ਰਜੀ ਤੜਫਦਾ ਹੈ ਕਿਉਂਕਿ ਭੁੱਖ ਲੱਗੀ ਹੈ ਔਰ ਇਸ ਪ੍ਰਕਾਰ ਜਦੋਂ ਭੋਜਨ ਮਿਲ ਜਾਵੇ ਤੇ ਸਾਧ ਸੰਗਤ ਜੀ ਫਿਰ ਮਨ ਨੂੰ ਸ਼ਾਂਤੀ ਮਿਲਦੀ ਹੈ ਇਸੇ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਦੀ ਖੁਰਾਕ ਪਰਮੇਸ਼ਰ ਦਾ ਨਾਮ ਰੂਪੀ ਭੋਜਨ ਹੈ ਜਿਨ੍ਹਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਦਾ ਭੋਜਨ ਭਾਵ ਕੇ ਭੁੱਖ ਲੱਗੀ ਹੋਈ ਹੈ ਨਾ ਸਾਜੇ ਨਾਮ ਕੀ ਲੱਗੈ ਭੁੱਖ ਜਦੋਂ ਤੱਕ ਗੁਰਮੁਖ ਪਿਆਰੇ ਆਪਣਾ ਨੇਮ ਨਹੀਂ ਪੂਰਾ ਕਰ ਲੈਂਦੇ ਅੰਮ੍ਰਿਤ ਵੇੜੇ ਉੱਠ ਕਰਕੇ ਨਿਤਨੇਮ ਨਹੀਂ ਕਰ ਲੈਂਦੇ ਸਿਮਰਨ ਨਹੀਂ ਕਰ ਲੈਂਦੇ ਮਨ ਬਾਰ ਬਾਰ ਤੜਫਦਾ ਰਹਿੰਦਾ ਹੈ ਕਿਉਂਕਿ ਉਹਨਾਂ ਦੇ ਅੰਦਰ ਦੀ ਖੁਰਾਕ ਨਹੀਂ ਪ੍ਰਾਪਤ ਹੁੰਦੀ ਪਰਮੇਸ਼ਰ ਦਾ ਸਿਮਰਨ ਨੂੰ ਭੋਜਨ ਨਾਮ ਰਣੇ ਕਰਕੇ ਮਨ ਉਹਨਾਂ ਦਾ ਤੜਫਦਾ ਰਹਿੰਦਾ ਹੈ ਸੋ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਸਾਜੇ ਨਾਮ ਕੀ ਲਾਗੈ ਭੂਖ हे माता जी जिन्ना दे हृदय अंदर वाह गुरु जी दे सच्चे नाम दी भूख लग जांदी है तेत भूख खाए चली अह दुख इथे महाराज साहिब जी ने पाठ दा भेद रखया है ਉਤ ਭੁੱਖ ਹੈ ਖਾਏ ਰਹਿ ਰਹਿ ਸਾਹਿਬ ਜੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਉਤ ਭੁੱਖ ਹੈ ਖਾਏ ਚੱਲੀ ਇਹ ਦੂਖ ਉਤ ਭਾਵ ਊੜੇ ਦੇ ਨਾਲ ਉਚਾਰਨ ਕੀਤਾ ਤੇ ਇਸੇ ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਤਿਤ ਸ਼ਬਦ ਉਚਾਰਨ ਕੀਤਾ ਜੇ ਤ ਪੂਖੈ ਖਾਏ ਚਲੀ ਇਹ ਦੂਖ ਕਿਉਂਕਿ ਦੁਬਾਰਾ ਇਹ ਸ਼ਬਦ ਮਹਾਰਾਜ ਸਹਿਬ ਜੀ ਨੇ ਦੁਹਰਾ ਕਰਕੇ ਉਚਾਰਨ ਕੀਤਾ ਪਹਿਲਾਂ ਰਹਿ ਰਾਜ ਸਾਹਿਬ ਦੇ ਵਿੱਚ ਫਿਰ ਇਸੇ ਤਰ੍ਹਾਂ ਹੁਣ ਆਸਾ ਰਾਗ ਦੇ ਅੰਦਰ ਹੈ ਜਿਵੇਂ ਪਹਿਲਾਂ ਵੀ ਸੁਣ ਵੱਡਾ ਆਖੈ ਸਭ ਕੋਏ ਔਰ ਸੋਦਰ ਵਾਲਾ ਸ਼ਬਦ ਆਇਆ ਫਿਰ ਸੋ ਪੁਰਖ ਨਿਰੰਜਨ ਵਾਲਾ ਸ਼ਬਦ ਦੁਬਾਰਾ ਆਇਆ ਏਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ ਤਿਤ ਪੂਖੈ ਖਾਏ ਚਲੀ ਇਹ ਦੂਖ ਜੇ ਪਰਮੇਸ਼ਰ ਦਾ ਨਾਮ ਰੂਪੀ ਭੋਜਨ ਜੀਵ ਨੂੰ ਮਿਲ ਜਾਵੇ ਤੇ ਸੰਸਾਰ ਦੇ ਸਭ ਪਦਾਰਥਾਂ ਦੀ ਇਹ ਭੁੱਖਾਂ ਚੜੀਆਂ ਜਾਂਦੀਆਂ ਹਨ ਅਪਾਵ ਹੋ ਜਾਂਦੀਆਂ ਹਨ ਮਨ ਤ੍ਰਿਪਤ ਹੋ ਜਾਂਦਾ ਮਨ ਸੰਤੋਖੀ ਹੋ ਜਾਂਦਾ ਪਰਮਾਤਮਾ ਦੇ ਬਾਣੇ ਵੀ ਚੱਲਣ ਦੀ ਜੀਵ ਨੂੰ ਜਾਚ ਆ ਜਾਂਦੀ ਹੈ ਜੋ ਕੁਝ ਵੀ ਜੀਵਨ ਵਿੱਚ ਮਿਲਦਾ ਉਹਦੇ ਵਿੱਚ ਹੀ ਰੱਬ ਦਾ ਸ਼ੁਕਰ ਕਰਦਾ ਹਰ ਸਮੇਂ ਸ਼ੁਕਰਾਨਾ ਹੀ ਕਰਦਾ ਹੈ ਸੋ ਕਿਉਂ ਵਿਸਰਾ ਮੇਰੀ ਮਾਏ ਇਹ ਮੇਰੀ ਮਾਏ ਮਾਤਾ ਜੀ ਉਹ ਪ੍ਰਮਾਤਮਾ ਸਾਨੂੰ ਕਿਉਂ ਮਿਸਰੇ ਕਿਉਂ ਸੀ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਨੂੰ ਵਿਸਾਰਨਾ ਕਰੀਏ ਸਾਚਾ ਸਾਹਿਬ ਸਾਚਾ ਨਾਹੀ ਔਰ ਜਿਹੜਾ ਕਹਿੰਦੀ ਪਰਮੇਸ਼ਰ ਦਾ ਆਪ ਅਕਾਲ ਪੁਰਖ ਵੈਗੁਰੂ ਸੱਜਾ ਹੈ ਸਾਚਾ ਨਾਹੀ ਤੇ ਪਰਮਾਤਮਾ ਜੀ ਦਾ ਨਾਮ ਵੀ ਸਦਾ ਲਈ ਸੱਚਾ ਹੈ ਉਹ ਪਰਮਾਤਮਾ ਸਾਨੂੰ ਪਲਾਂ ਕਿਉਂ ਵਿਸਰੇ ਕਿਉਂ ਅਕਾਲ ਪੁਰਖ ਵੈਗੁਰੂ ਜੀ ਨੂੰ ਵਿਸਾਰਨਾ ਕਰੀਏ ਨਹੀਂ ਵਿਸਾਰਨਾ ਚਾਹੀਦਾ ਸਤ ਸੰਗਤ ਜੀ ਅਜਿਹਾ ਹੀ ਮੁਕ ਭਾਵ ਜੋ ਮਹਾਰਾਜ ਸਾਹਿਬ ਜੀ ਨੇ ਹੋਰ ਵੀ ਸ਼ਬਦ ਉਚਾਰਨ ਕੀਤਾ ਵਡਹੰਸ ਰਾਗ ਦੇ ਅੰਦਰ ਜਦੋਂ ਬਾਬਾ ਚੰਦਰ ਭਾਨ ਜੀ ਦੀ ਖੂਹ ਤੇ ਆਏ ਸਨ ਮਹਾਰਾਜ ਧੰਗੁਰੂ ਨਾਨਕidev ਸਾਹਿਬ ਪਾਤਸ਼ਾਹ ਜੀ ਤਾਂ ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗਾ ਤੇ ਕਾਹਲੀ ਦੇ ਨਾਲ ਕੁਝ ਪਕਵਾਨ ਵੀ ਤਿਆਰ ਕਰਕੇ ਲੈ ਕੇ ਆਏ ਕਿ ਸਾਡੇ ਸਾਹਿਬ ਜੀ ਸਤਗੁਰੂ ਜੀ ਕਿੰਨੇ ਲੰਬੇ ਸਮੇਂ ਬਾਅਦ ਯਾਤਰਾ ਤੋਂ ਆਏ ਐ ਜੀਵਾਂ ਦਾ ਭਲਾ ਕਰਦੇ ਹੋਏ ਆਏ ਨੇ ਤੇ ਮਹਾਰਾਜ ਸਾਹਿਬ ਜੀ ਉਸ ਸਮੇਂ ਵੀ ਸਿਮਰਨ ਕਰਦੇ ਰਹੇ ਤੇ ਮਾਤਾ ਜੀ ਕਹਿੰਦੇ ਤੁਸੀਂ ਨਾਮੇ ਜਪਦੇ ਰਹਿੰਦੇ ਹੋ ਤੇ ਮਹਾਰਾਜ ਸਾਹਿਬ ਜੀ ਨੇ ਵੱਡ ਹੰਸ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ ਸੀ ਅਮਲੀ ਅਮਲ ਨਾ ਅੰਬਰੜਾ ਮੱਛੀ ਨੀਰ ਨਾ ਹੋਏ ਦੋ ਉਦਾਹਰਨਾਂ ਦਿੱਤੀਆਂ ਕਹਿਣ ਲੱਗੇ ਇਹ ਮਾਤਾ ਜੀ ਜਿਸ ਮਨੁੱਖ ਨੂੰ ਨਸ਼ੇ ਦਾ ਅਮਲ ਲੱਗਾ ਹੋਵੇ ਨਾ ਅਮਲੀ ਬੰਦੇ ਨੂੰ ਅਮਲ ਲੱਗਾ ਹੋਵੇ ਸਮੇਂ ਸਿਰ ਅਮਲ ਨਾ ਮਿਲੇ ਤੇ ਉਹ ਬੰਦੇ ਨੂੰ ਪਤਾ ਹੁੰਦਾ ਅਮਲੀ ਨੂੰ ਪਤਾ ਹੁੰਦਾ ਕਿ ਉਹਦੀ ਹਾਲਤ ਕੀ ਹੁੰਦੀ ਹੈ ਕਿਦਾਂ ਤੜਫਦਾ ਬਾਰ-ਬਾਰ ਤੜਫਦਾ ਹੈ ਬਿਲਕਦਾ ਹੈ ਬਾਰ-ਬਾਰ ਬਿਲਕਣੀਆਂ ਲਈ ਜਾਂਦਾ ਹੈ ਕਿਉਂਕਿ ਉਹਨੂੰ ਜਿਹੜਾ ਨਸ਼ਾ ਲੱਗਾ ਹੁੰਦਾ ਸਮੇਂ ਸਿਰ ਨਸ਼ਾ ਨਹੀਂ ਮਿਲਦਾ ਦੂਜੀ ਉਦਾਹਰਣ ਮਹਾਰਾਜ ਸਹਿਬ ਜਿਨ ਦਿੱਤੀ ਮੱਛੀ ਨੀਰ ਨਾ ਹੋਏ ਹੇ ਮਾਤਾ ਜੀ ਮੱਛੀ ਦਾ ਜੀਵਨ ਹੀ ਪਾਣੀ ਹੈ ਪਾਣੀ ਵਿੱਚ ਰਹੀ ਤਾਂ ਉਹ ਜੀਉਂਦੀ ਹੈ ਬਾਹਰ ਕੱਢ ਦੀਏ ਤੇ ਟੜਪ-ਟੜਪ ਕੇ ਮਰ ਜਾਂਦੀ ਉਹਦੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਜੋ ਰਤੇ ਸਹ ਆਪਣੈ ਤਿਨ ਭਾਵੈ ਸਭ ਕੋਏ ਜੋ ਪਰਮਾਤਮਾ ਦੇ ਪਿਆਰ ਦੇ ਵਿੱਚ ਮਸਤ ਰਹਿੰਦੇ ਐ ਹਰ ਸਮੇਂ ਤਦਾਕਾਰ ਹੋ ਕਰਕੇ ਰਹਿੰਦੇ ਨੇ ਉਹਨਾਂ ਨੂੰ ਸੰਸਾਰ ਪਰ ਦੇ ਸਾਰੇ ਸੁੱਖ ਭਾਵੈ ਸਾਹਮਣੇ ਲਿਆ ਕੇ ਰੱਖ ਦਿੱਤੇ ਜਾਣ ਪਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਨਾਂ ਦੀ ਆਤਮਿਕ ਮੌਤ ਹੁੰਦੀ ਹੈ ਬਾਰ ਬਾਰ ਤੜਫਦੇ ਹਨ ਪਰਮੇਸ਼ਰ ਦੇ ਨਾਮ ਤੋਂ ਬਿਨਾ ਸੋ ਇਸ ਪ੍ਰਕਾਰ ਹਜੂਰ ਨੇ ਐਸਾ ਹੀ ਪ੍ਰਕਾਰਣੇ ਸ਼ਬਦ ਦੇ ਅੰਦਰ ਉਚਾਰਨ ਕੀਤਾ ਸਾਚਾ ਸਾਹਿਬ ਸਾਚਾ ਨਾਏ ਸੋ ਕਿਉ ਵਿਸਰੈ ਮੇਰੀ ਮਾਏ हे ਮੇਰੇ ਮਾਤਾ ਜੀ ਉਹ ਪ੍ਰਮਾਤਮਾ ਕਿਉ ਵਿਸਾਰਣਾ ਕਰੀਏ ਕਿਉ ਉਹ ਪ੍ਰਮਾਤਮਾ ਨੂੰ ਵਿਸਾਰੀਏ ਨਹੀਂ ਵਿਸਾਰਣਾ ਚਾਹੀਦਾ ਜੋ ਤਰਹ ਕਾਲ ਬਾਦ ਸਮੇਂ ਅੰਦਰ ਸੱਚਾ ਹੈ ਤਿੰਨਾ ਸਮੇਂ ਅੰਦਰ ਸੱਚਾ ਉਹ ਵਾਹਿਗੁਰੂ ਜੀ ਦਾ ਨਾਮ ਹੀ ਸਦਾ ਸਤ ਹੈ ਰਹਾਓ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ ਸਾਚੇ ਨਾਮ ਕੀ ਤਿਲ ਵਡਿਆਈ ਸੱਚੇ ਪਰਮਾਤਮਾ ਦੇ ਨਾਮ ਦੀ ਜਿਹੜੀ ਵਡਿਆਈ ਹੈ ਨਾ ਤਿਲ ਮਾਤਰ ਵੀ ਬਹੁਤੀ ਤਾਂ ਕੀ ਕੋਈ ਤਿਲ ਮਾਤਰ ਜਿੰਨੇ ਵੀ ਕੋਈ ਵਡਿਆਈ ਕਥਨ ਨਹੀਂ ਕਰ ਸਕਦਾ ਰਾਹੀ ਮਾਤਰ ਵੀ ਤਿਲ ਜਿੰਨੇ ਵੀ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਹੈ ਆਖ ਥੱਕੇ ਕੀਮਤ ਨਹੀਂ ਪਾਈ ਆਖਣ ਵਾਲੇ ਆਖ ਆ ਕੇ ਥੱਕ ਹਾਰ ਗਏ ਨੇ ਪਰ ਪਰਮੇਸ਼ਰ ਦੇ ਨਾਮ ਦੀ ਤਿਲ ਜਿੰਨੀ ਵਡਿਆਈ ਦੀ ਵੀ ਕੋਈ ਕੀਮਤ ਨਹੀਂ ਪਾ ਸਕਿਆ ਇਹ ਕਿੰਨੀ ਵੱਡੀ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਹੈ ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਤਾਂ ਇਥੋਂ ਤੱਕ ਉਚਾਰਨ ਕੀਤਾ ਕਿ ਕਹਿੰਦੇ ਸਾਡੇ ਸਰੂਪ ਦੇ ਨਾਲੋਂ ਨਾਮ ਪ੍ਰਮਾਤਮਾ ਦਾ ਵੱਡਾ ਹੈ ਕਿ અવਤਾਰ ਸਾਰੀ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਆਵੰਦ ਹੈ ਔਰ ਹਜੂਰ ਨੇ ਉਚਾਰਨ ਕੀਤਾ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਓ ਵੱਡਾ ਮਾਲਕ ਹੈ ਪ੍ਰਮਾਤਮਾ ਸਰੂਪ ਰੂਪੀ ਥਾ ਸਭ ਤੋਂ ਵੱਡੀ ਹੈ ਪਰ ਕਹਿੰਦੇ ਨਾਮ ਨਾਮੀ ਪਰਮੇਸ਼ਰ ਦੇ ਨਾਲੋਂ ਨਾਮ ਉਹਦੇ ਨਾਲੋਂ ਵੀ ਕਈ ਗੁਣਾ ਵੱਡਾ ਹੈ। ਸੋ ਇਸ ਕਰਕੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਕਹਿੰਦੇ ਹਣ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਕੋਈ ਕੀਮਤ ਨਹੀਂ ਪਾ ਸਕਿਆ। ਕਿਉਂਕਿ ਜੋ ਹੈ ਹੀ ਅਮੋਲਕ ਹੈ ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣਦੋ। ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨਦੋ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਬੜਾ ਅਮੋਲਕ ਹੈ ਜਿਹਦਾ ਕੋਈ ਮੁੱਲ ਦੇ ਨਹੀਂ ਸਕਦਾ ਕੋਈ ਕੀਮਤ ਪਾ ਹੀ ਨਹੀਂ ਸਕਦਾ ਕਿ ਕਿੰਨਾ ਕੋ ਮਹਿੰਗਾ ਪਰਮਾਤਮਾ ਦਾ ਨਾਮ ਹੈ ਭਗਤ ਕਬੀਰ ਜੀ ਦੇ ਕੋਲ ਬਾਦਸ਼ਾਹ ਆਇਆ ਸੀ ਨਾ ਕਹਿੰਦਾ ਕਿ ਮਹਾਰਾਜ ਮੇਰੇ ਕੋਲ ਸੋਨੇ ਦੀਆਂ ਮੋਹਰਾਂ ਲੈ ਲਾਓ ਹੋਰ ਵੀ ਤਨ ਪਦਾਰਥ ਤੁਹਾਨੂੰ ਦੇ ਦਾਂ ਤੇ ਕਿਰਪਾ ਕਰਕੇ ਇਹਦੇ ਵੱਟੇ ਮੈਨੂੰ ਨਾਮ ਦੀ ਦਰ ਦੇ ਦੇਵੋ ਤੇ ਭਗਤ ਕਬੀਰ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਸ਼ਬਦ ਉਚਾਰਨ ਕੀਤਾ ਕਹਿਣ ਲੱਗੇ ਇਹ ਭਲਿਆ ਇਹ ਤਾਂ ਮਨ ਦੇ ਵੱਟੇ ਸੱਟੇ ਪਰਮੇਸ਼ਰ ਦਾ ਨਾਮ ਮਿਲਦਾ ਪਿਆਰ ਦੇ ਵਿੱਚ ਭੇਜ ਕੇ ਪ੍ਰੀਤ ਰੂਪੇਟਾ ਮਹਾਰਾਜ ਸੇਵ ਜੀ ਦੀ ਚਰਣਾ ਵਿੱਚ ਅਰਪਣ ਕਰਕੇ ਪ੍ਰਾਪਤ ਹੁੰਦਾ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਇਹ ਕਹਿੰਦੇ ਕਿ ਸੋਨੇ ਕੰਚਨ ਦੇ ਬਦਲੇ ਨਹੀਂ ਵਾਹਿਗੁਰੂ ਜੀ ਦਾ ਨਾਮ ਮਿਲਦਾ ਇਹ ਤਾਂ ਮਨ ਦੇ ਵੱਟੇ ਸੱਟੇ ਪ੍ਰਾਪਤ ਹੁੰਦਾ ਮਨ ਬਾਣੀ ਸਰੀਰ ਮਹਾਰਾਜ ਸਿਵ ਜੀ ਦੇ ਚਰਨਾਂ ਵਿੱਚ ਫੇਟ ਕਰਨਾ ਪੈਂਦਾ ਹੈ ਤਾਂ ਇਹ ਨਾਮ ਦੀ ਦਾਤ ਮਿਲਦੀ ਹੈ ਸਵੇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਆਖ ਥੱਕੇ ਕੀਮਤ ਨਹੀਂ ਪਾਈ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਬੇਅੰਤ ਹਨ ਕਿੰਨੀ ਵੱਡੀ ਵੱਡੀ ਵਡਿਆਈ ਹੈ ਵਾਹਿਗੁਰੂ ਜੀ ਦੇ ਨਾਮ ਤੋਂ ਜੋ ਛੇਸ਼ਨਾਗ ਵਰਗੇ ਹੀ ਨਹੀਂ ਸਾਧ ਸੰਗਤ ਨਾਵਾਂ ਦਾ ਨੇ ਅੰਤ ਪੈਂਦਾ ਕਿੰਨੇ ਨਾਮ ਨੇ ਤੇ ਨਾਮ ਦੀ ਵਡਿਆਈ ਕੌਣ ਕਥਨ ਕਰ ਸਕਦਾ ਹੈ ਸਭ ਯੁਗਾਂ ਯੁਗਾਂ ਅੰਦਰ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਹੈ ਕਲ ਯੁਗ ਦੇ ਭਿਆਨਕ ਸਮੇਂਦਰ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ ਤਿਲ ਮਾਤਰ ਜਿੰਨੀ ਵੀ ਵਾਇਗਰੂ ਦੇ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ ਜੀ ਸਭ ਮਿਲ ਕੇ ਆਖਣ ਪਾਹੇ ਮਹਾਰਾਜ ਕਹਿੰਦੇ ਕਿ ਜੇ ਸਾਰੇ ਸੰਸਾਰ ਭਰ ਦੇ ਲੋਕ ਵਿਦਵਾਨ ਪੰਡਿਤ ਆਲਮ ਜਿੰਨੇ ਵੀ ਚਰਚਾ ਕਰਨ ਵਾਲੇ ਹੈ ਸਾਰੇ ਮਿਲ ਕਰਕੇ ਪਰਮੇਸ਼ਰ ਦੇ ਨਾਮ ਦੀ ਕੀਮਤ ਪਾਉਣ ਦਾ ਯਤਨ ਕਰਨ ਜੇ ਦਾਵਾ ਕਰਨ ਕੀ ਸੀ ਸਾਰੇ ਮਿਲ ਕੇ ਤਾਂ ਪਾਈ ਲਵਾਂਗੇ ਸੰਸਾਰ ਪਰ ਦੇ ਮਤਾ ਮਤੰਤਰਾਂ ਵਾਲੇ ਸਿਆਣਪਾਂ ਵਾਲੇ ਵਿਦਵਤਾ ਵਾਲੇ ਬڑے-ਬڑے ਵਿਦਵਾਨ ਪੁਰਖ ਵੀ ਭਾਵੇਂ ਬਹੁਤਾ ਯਤਨ ਕਰ ਕਰਕੇ ਸਾਰੇ ਮਿਲ ਕੇ ਯਤਨ ਕਰਨ ਵੱਡਾ ਨਾ ਹੋਵੇ ਘਾਟ ਨਾ ਜਾਏ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਦੀ ਤਿਲ ਮਾਤਰ ਵੀ ਕੋਈ ਕੀਮਤ ਨਹੀਂ ਪਾ ਸਕੇਗਾ ਔਰ ਨਾਮ ਵੱਡਾ ਕਹਿਣ ਦੇ ਨਾਲ ਵੱਡਾ ਹੋਣ ਵਾਲਾ ਤੇ ਨਾਮ ਪਰਮੇਸ਼ਰ ਦੇ ਨਰਾਦਰ ਦੇ ਸ਼ਬਦ ਬੋਲਣ ਦੇ ਨਾਲ ਉਹ ਘਟਣ ਵਾਲਾ ਹੈ ਵੱਡਾ ਨਾ ਹੋਵੇ ਘਾਟ ਨਾ ਜਾਏ ਇਕੋ ਜਿਹਾ ਰਹਿਣ ਵਾਲਾ ਪਰਮਾਤਮਾ ਜੀ ਦਾ ਸਰੂਪ ਹੈ ਨਾ ਉਹ ਵੱਢਾ ਨਾ ਘਟਦਾ ਜਾਏ ਅਕਲ ਨਿਰੰਜਨ ਏਕੈ ਭਾਏ ਇੱਕ ਸਾਰ ਇਕੋ ਜਿਹਾ ਰਹਿਣ ਵਾਲਾ ਵਾਹਿਗੁਰੂ ਜੀ ਦਾ ਸਰੂਪ ਹੈ ਨਾ ਉਹ ਮਰੈ ਨਾ ਹੋਵੇ ਸੋਗ ਧੰ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਨਾ ਤਾਂ ਉਹ ਪਰਮਾਤਮਾ ਮਰਦਾ ਹੈ ਹੇ ਮਾਤਾ ਜੀ ਇਸੇ ਲਈ ਪਰਮਾਤਮਾ ਦਾ ਸੀ ਨਾਮ ਜਪਦੇ ਹਾਂ ਨਾ ਤਾਂ ਸੰਸਾਰ ਦੇ ਜੀਵਾਂ ਦੀ ਤਰ੍ਹਾਂ ਉਹ ਮਰਦਾ ਹੈ ਨਾ ਹੋਵੇ ਸੋਗ ਨਾ ਹੋ ਪਰਮਾਤਮਾ ਦੇ ਘਰ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਹੈ ਕੋਈ ਦੁੱਖ ਨਹੀਂ ਚਿੰਤਾ ਨਹੀਂ ਝੋਰਾ ਨਹੀਂ ਅਮਰ ਪਰਮਾਤਮਾ ਜੀ ਦਾ ਸਰੂਪ ਹੈ ਸਦਾ ਰਹਿਣ ਵਾਲਾ ਹੈ ਸਦਾ ਸਦਾ ਰਹਿਣ ਵਾਲਾ ਉਹ ਪਰਮਾਤਮਾ ਜੀ ਦਾ ਸਰੂਪ ਹੈ ਇਸ ਕਰਕੇ ਮਹਾਰਾਜ ਕਹਿੰਦੇ ਉਸ ਪਰਮਾਤਮਾ ਦਾ ਸੇ ਨਾਮ ਜਪਦੇ ਰਹਿੰਦੇ ਹਾ ਦੀਂਦਾ ਰਹੇ ਨਾ ਚੂਕੈ ਭੋਗ ਉਹ ਪ੍ਰਮਾਤਮਾ ਜੀਵਾਂ ਨੂੰ ਦਾਤਾਂ ਦੇ ਹੀ ਜਾਂਦਾ ਹੈ ਦੇ ਹੀ ਜਾਂਦਾ ਹੈ ਦਾਤਾਂ ਦਿੰਦੇ ਰਹਿੰਦਾ ਹੈ ਮੰਗਣ ਵਾਲੇ ਮੰਗੀ ਜਾਂਦੇ ਆ ਦੇਣ ਵਾਲਾ ਉਹ ਦਾਤਾਂ ਦੇ ਹੀ ਜਾਂਦਾ ਦੇ ਹੀ ਜਾਂਦਾ ਹੈ ਮੰਗਣ ਵਾਲੇ ਥੱਕ ਹਾਰ ਜਾਂਦੇ ਆ ਮਰ ਮੁੱਕ ਜਾਂਦੇ ਨੇ ਮੰਗਦੇ ਮੰਗਦੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਣ ਵਾਲਾ ਉਹ ਕਦੇ ਥੱਕਦਾ ਨਹੀਂ ਕਦੇ ਮੁੱਕਦਾ ਨਹੀਂ ਨਾ ਉਹਦੀਆਂ ਦਾਤਾਂ ਮੁੱਕਦੀਆਂ ਨਾ ਆਪ ਮੁੱਕਦਾ ਐਸੇ ਵਿਅੰਤ ਦਾਤਾਂ ਦੇ ਭੰਡਾਰੇ ਭਰੇ ਪਏ ਹਨ ਉਸ ਦਾਤੇ ਪਰਮਾਤਮਾ ਜੀ ਦੇ ਦੇਂਦਾ ਰਹੈ ਨਾ ਚੁੱਕੈ ਭੋਗ ਭੋਗ ਕਈ ਜਿਹੜੇ ਪਦਾਰਥ ਹਨ ਦੁਨੀਆ ਦੇ ਸੁਖਾਂ ਦੇ ਮਾਇਆ ਦੇ ਭੋਗ ਪਦਾਰਥ ਹੈ ਇਹ ਕਦੇ ਚੁੱਕੈ ਮੁੱਕਦੇ ਨਹੀਂ ਹੈ ਕਦੇ ਘਟਦੇ ਨਹੀਂ ਐ ਐਸੇ ਭੰਡਾਰੇ ਪਰੇ ਹਨ ਗੁਣ ਇਹੋ ਹੋਰ ਨਾਹੀ ਕੋਈ ਐਸੇ ਅਕਾਲ ਪੁਰਖ ਪ੍ਰਮਾਤਮਾ ਜੀ ਜੈਸੇ ਜੋ ਗੁਣ ਹਨ ਹੋਰ ਕਿਸੇ ਵਿੱਚ ਨਾ ਸੀ ਨਾ ਹਨ ਨਾ ਹੋਣ ਵਾਲੇ ਸਮੇਂ ਵਿੱਚ ਹੋ ਸਕਣਗੇ ਕਿਹੋ ਜਿਹੇ ਗੁਣਾ ਉਹ ਪ੍ਰਮਾਤਮਾ ਸਾਡੀਆਂ ਕਰਮ ਕਰਤੂਤਾ ਨੂੰ ਅਕਿਰਤ ਗਣਤਾ ਨੂੰ ਜਾਣਦਾ ਹੋਇਆ ਵੀ ਸਾਨੂੰ ਦਾਤਾਂ ਦੇਈ ਜਾ ਰਿਹਾ ਹੈ ਦੇਈ ਜਾ ਰਿਹਾ ਹੈ ਸਾਡੇ ਤੇ ਉਪਕਾਰ ਕਰੀ ਜਾ ਰਿਹਾ ਹੈ ਕਰੀ ਜਾ ਰਿਹਾ ਹੈ ਸਾਡਾ ਫੇਰ ਵੀ ਭਲਾ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਹਰ ਇੱਕ ਔਗਣ ਸਾਡਾ ਜਾਣਦਾ ਹੋਇਆ ਵੀ ਹਰ ਇੱਕ ਦੋਸ਼ ਜਾਣਦਾ ਹੋਇਆ ਵੀ ਪਰਮਾਤਮਾ ਸਾਨੂੰ ਦਾਤਾਂ ਦੇਣ ਤੋਂ ਗੁਰੇਜ਼ ਨਹੀਂ ਕਰਦਾ ਫੇਰ ਵੀ ਸਾਡੇ ਔਗਣਾ ਤੇ ਪੜਦੇ ਪਾ ਕੇ ਰੱਖਦਾ ਹੈ ਜ਼ਾਹਰ ਨਹੀਂ ਹੋਣ ਦੇਂਦਾ ਐਸਾ ਮਹਾਰਾਜ ਕਹਿੰਦੇ ਉਹ ਗੁਣਾ ਵਾਲਾ ਸ਼ੁਭ ਗੁਣਾ ਵਾਲਾ ਤੇ ਪਰ ਉਪਕਾਰੀ ਪਰਮਾਤਮਾ ਹੈ ਗੁਣ ਇਹੋ ਹੋਰ ਨਾਹੀ ਕੋਈ ਮਹਾਰਾਜ ਹਜੂਰ ਕਹਿੰਦੇ ਐ ਇਸ ਬੇਅੰਤ ਪਰਮਾਤਮਾ ਜੀ ਦੇ ਗੁਣ ਹਨ ਅਕਿਰਤ ਕਾਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਗੁਰ ਬਖਸ਼ਿੰਦ ਅਸੀਂ ਪਰਮਾਤਮਾ ਜੀ ਦਾ ਸ਼ੁਕਰਾਨਾ ਵੀ ਨਹੀਂ ਕਰਦੇ ਕਿੰਨੇ ਕਿੰਨੇ ਪਦਾਰਤ ਖਾਂਦੇ ਤੇ ਪਹਿਨਦੇ ਹਾਂ ਫਿਰ ਵੀ ਦੇਖੋ ਪਰਮਾਤਮਾ ਦਾਤਾ ਦੇ ਹੀ ਜਾਂਦਾ ਫਿਰ ਵੀ ਦੇਣ ਤੋਂ ਕਦੇ ਉਹ ਵਾਹਿਗੁਰੂ ਗੁਰੇਜ ਨਹੀਂ ਕਰਦਾ ਐਸਾ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਸ਼ੁਭ ਗੁਣਾ ਵਰਗਾ ਹੋਰ ਕੋਈ ਨਹੀਂ ਐ। ਨਾ ਕੋ ਹੋਆ ਨਾ ਕੋ ਹੋਏ। ਇਹ ਮਹਾਰਾਜ ਪਹਿਲਾਂ ਕੋਈ ਹੋਵੇਗਾ ਪਹਿਲਾਂ ਤਾਂ ਹੋਇਆ ਹੋਊਗਾ ਐਸਾ ਪਰਮਾਤਮਾ ਵਰਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਨਾ ਕੋ ਹੋਵਾ ਨਾ ਕੋ ਪਹਿਲਾਂ ਹੋਇਆ ਸੀ। ਨਾ ਹੁਣ ਹੈ ਨਾ ਕੋ ਹੋਏ ਤੇ ਨਾ ਆਉਣ ਵਾਲੇ ਸਮੇਂ ਵਿੱਚ ਕੋਈ ਹੋ ਸਕੇਗਾ ਜੈਸਾ ਪਰਮਾਤਮਾ ਦੇ ਆਲੂ ਹੈ। ਜੈਸਾ ਉਪਕਾਰੀ ਪਰਮਾਤਮਾ ਹੈ ਜੈਸਾ ਗੁਣਵਾਨ ਪਰਮੇਸ਼ਰ ਹੈ ਉਸ ਅਕਾਲ ਪੁਰਖ ਵੈਗੁਰੂ ਜੈਸਾ ਨਾ ਸੀ ਨਾ ਹੈ ਨਾ ਹੋਵੇਗਾ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਹੈ ਪਰਮਾਤਮਾ ਜਿੰਨਾ ਵੱਡਾ ਆਪ ਹੈ ਨਾ ਉਨੀ ਵੱਡੀ ਤੇਰੀ ਦਾਤ ਹੈ ਜਿਵੇਂ ਸਾਧ ਸੰਗਤ ਜੀ ਜਿੰਨਾ ਵੱਡਾ ਕੋਈ ਬਾਦਸ਼ਾਹ ਹੋਵੇ ਨਾ ਉਹਦੀਆਂ ਦਾਤਾਂ ਵੀ ਵੱਡੀਆਂ ਹੁੰਦੀਆਂ ਨੇ ਉਹ ਖੁੱਲੇ ਹੱਸ ਦੇ ਨਾਲ ਦਾਤਾਂ ਵੰਡਦਾ ਹੈ ਰਾਜਾ ਮਹਾਰਾਜਾ ਕੋਈ ਬਾਦਸ਼ਾਹ ਹੋਵੇ ਤੇ ਪ੍ਰਮਾਤਮਾ ਜੈਸਾ ਨਾ ਕੋਈ ਰਾਜਾ ਹੈ ਨਾ ਮਹਾਰਾਜਾ ਹੈ ਨਾ ਕੋਈ ਬਾਦਸ਼ਾਹ ਹੈ ਉਹ ਸਭ ਤੋਂ ਵੱਡਾ ਬਾਦਸ਼ਾਹ ਹੈ ਸਾਰੀ ਸ੍ਰਿਸ਼ਟੀ ਦੇ ਉਪਰ ਜਿਹਦੇ ਹੁਕਮ ਚੱਲਦਾ ਹੈ ਸੰਸਾਰ ਪਰ ਦੇ ਸਾਰੇ ਜੀਵ ਜਿਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹਨ ਉਸ ਪ੍ਰਮਾਤਮਾ ਜੈਸਾ ਬਾਦਸ਼ਾਹ ਕੌਣ ਹੋ ਸਕਦਾ ਹੈ ਸਤ ਸੰਗਤ ਜੀ ਇੱਕ ਬੜੀ ਸੋਹਣੀ ਗਾਥਾ ਹੈ ਪਗਦ ਫਰੀਦ ਸਾਹਿਬ ਜੀ ਦੇ ਜੀਵਨ ਵਿੱਚ ਪਗਦ ਫਰੀਦ ਸਾਹਿਬ ਜੀ ਦੇ ਮਾਤਾ ਜੀ ਆਪ ਵੀ ਬੜੇ ਸਾਧ ਸੰਗਤ ਜੀ ਬੰਦਗੀ ਵਾਲੇ ਸਨ ਖੁਦਾ ਦੀ ਇਬਾਦਤ ਕਰਨ ਵਾਲੀ ਸੀ ਤੇ ਪਗਦ ਫਰੀਦ ਸਾਹਿਬ ਜੀ ਨੂੰ ਬੜੇ ਸੋਹਣੇ ਢੰਗ ਦੇ ਨਾਲ ਜੋ ਮਸੱਲੇ ਦੇ ਹੇਠਾਂ ਸ਼ੱਕਰ ਦੀ ਪੁੜੀ ਰੱਖ ਕਰਕੇ ਤੇ ਪਰਮਾਤਮਾ ਦੀ ਬੰਦਗੀ ਕਰਨ ਦੇ ਵਿੱਚ ਲਗਾਇਆ ਸੀ ਸਿਆਣੀ ਮਾਂ ਨੇ ਕਿਉਂਕਿ ਪਹਿਲਾ ਸਾਧ ਸੰਗਤ ਜੀ ਮਾਂ ਹੀ ਬੱਚੇ ਦਾ ਗੁਰੂ ਹੁੰਦਾ ਹੈ ਜਿਸ ਪਾਸੇ ਬੱਚੇ ਨੂੰ ਲਗਾ ਦੇਵੇ ਉਸ ਪਾਸੇ ਹੀ ਬੱਚਾ ਲੱਗ ਜਾਂਦਾ ਹੈ ਤੇ ਸਿਆਣਿਆਂ ਦੇ ਸਤਿਪੁਰਸ਼ਾਂ ਦੇ ਬਚਨ ਹਨ ਮਾਂ ਆਪਣੇ ਬੱਚੇ ਨੂੰ ਚੋਰ ਬਣਾ ਲਵੇ ਚਾਹੇ ਸਾਧ ਬਣਾ ਲਵੇ ਇਹ ਮਾਂ ਦੇ ਹੱਥਾਂ ਵਿੱਚ ਹੁੰਦਾ ਹੈ ਜਿੱਦਾਂ ਦੀ ਬੱਚੇ ਨੂੰ ਮਤ ਦੇਵੇਗੀ ਬੱਚਾ ਉਸੇ ਤਰ੍ਹਾਂ ਹੀ ਤਾਰਨ ਕਰੇਗਾ ਜਿੱਦਾਂ ਦੇ ਸੰਸਕਾਰ ਮਾਤਾ ਪਿਤਾ ਦੇਣਗੇ ਉਦਾਂ ਦੇ ਹੀ ਬੱਚਾ ਤਾਰਨ ਕਰੇਗਾ ਸੁਏਸ ਪ੍ਰਕਾਰ ਸਿਆਣੀ ਮਾਤਾ ਨੇ ਸਾਧ ਸੰਗਤ ਜੀ ਬੜੇ ਸੋਹਣੇ ਢੰਗ ਦੇ ਨਾਲ ਤਰੀਕੇ ਦੇ ਨਾਲ ਪਰਮਾਤਮਾ ਦੀ ਬੰਦਗੀ ਕਰਨ ਦੇ ਵਚ ਲਗਾਇਆ ਸੀ ਤੇ ਕਹਿਣਾ ਕਿ ਇਹ ਫਰੀਦ ਇਹ ਪੁੱਤਰ ਪਰਮਾਤਮਾ ਦੀ ਬੰਦਗੀ ਕਰਿਆ ਕਰ ਖੁਦਾ ਦੀ ਇਬਾਦਤ ਕਰਿਆ ਕਰ ਤੇ ਅੱਗੋਂ ਛੋਟੀ ਜੀ ਹਾਰ ਬਲਾ ਕਹਿਣ ਲੱਗੇ ਮਾਂ ਜੀ ਖੁਦਾ ਦੀ ਇਬਾਦਤ ਕਰੀਏ ਪਰਮਾਤਮਾ ਦੀ ਭਗਤੀ ਕਰੀਏ ਤੇ ਖੁਦਾ ਕੀ ਦਿੰਦਾ मां ਨੂੰ ਪਤਾ ਸੀ ਕਿ ਸ਼ੱਕਰ ਖਾਣ ਦਾ ਬੜਾ ਸ਼ੌਕੀਨ ਹੈ ਬੜਾ ਚਿਤਚਾਹ ਮਦ ਰਿੰਦਾ ਹੈ ਕਹਿਣ ਲੱਗੇ ਇਹ ਪੁੱਤਰ ਜੇ ਖੁਦਾ ਦੀ ਇਬਾਦਤ ਕਰੀਏ ਤੇ ਖੁਦਾ ਸ਼ੱਕਰ ਖਾਣ ਵਾਸਤੇ ਦਿੰਦਾ ਹੈ ਹੈ मां ਇਸੇ ਤਰ੍ਹਾਂ ਹੀ ਹੈ ਹਾਂ ਪੁੱਤਰ ਇਸੇ ਤਰ੍ਹਾਂ ਤੂੰ ਖੁਦਾ ਦੀ ਇਬਾਦਤ ਕਰਕੇ ਤਾਂ ਦੇਖ ਨਾਮ ਜਪ ਕੇ ਤਾਂ ਦੇਖ ਖੁਦਾ ਸ਼ੱਕਰ ਦਿੰਦਾ ਹੈ ਤੇ ਸਿਆਣੀ मां ਨੇ ਪੁੜੀ ਵਿੱਚ ਸ਼ੱਕਰ ਬਣ ਕੇ ਤੇ ਪਹਿਲਾ ਮਸੱਲੇ ਦੇ ਹੇਠਾਂ ਰੱਖ ਦੇਣੀ ਜਦੋਂ ਮਸੱਲਾ ਖੁਦਾ ਦੀ ਇਬਾਦਤ ਕਰਕੇ ਉਠਣਾ ਨਾਮ ਜਪ ਕੇ ਉਠਣਾ ਤੇ ਦੇਖਣਾ ਮਸੱਲਾ ਚੁੱਕਣਾ ਤੇ ਹੇਠਾਂ ਸ਼ਕਰ ਦੀ ਪੂੜੀ ਮਿਲਣੀ ਬੜਾ ਖੁਸ਼ ਹੋਣਾ ਹੇ ਮਾਂ ਦੇ ਖੁਦਾ ਨੇ ਮੈਨੂੰ ਸ਼ਕਰ ਦਿੱਤੀ ਹੈ ਪ੍ਰਮਾਤਮਾ ਦੀ ਮੈਂ ਬੰਦਗੀ ਕੀਤੀ ਮੈਨੂੰ ਸ਼ਕਰ ਦੇਂਦਾ ਖਾਣ ਦੇ ਵਾਸਤੇ ਐਦਾਂ ਹੀ ਕਿੰਨਾ ਸਮਾਂ ਲੰਘਦਾ ਗਿਆ ਹਰ ਰੋਜ਼ ਨੇਮ ਦੇ ਨਾਲ ਨਿਜਮ ਦੇ ਨਾਲ ਖੁਦਾ ਦੀ ਇਬਾਦਤ ਕਰਦੇ ਰਹਿਣਾ ਇੱਕ ਦਿਨ ਕੰਮ ਦੇ ਘਰ ਦੇ ਰਜ਼ੀਵਿਆਂ ਵਿੱਚ ਮਾਤਾ ਨੂੰ ਚੇਤਾ ਭੁੱਲ ਗਿਆ। ਫਿਰ ਇਕਜਿਤ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ। ਪਰਮਾਤਮਾ ਦੀ ਸੰਮੁਖ ਹੋ ਕਰਕੇ ਜੋਦੜੀਆਂ ਕੀਤੀਆਂ ਇਹ ਪਰਮਾਤਮਾ ਐ ਖੁਦਾ ਅੱਜ ਮੈਨੂੰ ਯਾਦ ਭੁੱਲ ਗਿਆ ਮੇਰੇ ਪੁੱਤਰ ਦਾ ਪਰੋਸਾ ਉੱਠ ਜਾਵੇਗਾ। ਕਿ ਮੇਰੀ ਮਾਂ ਝੂਠ ਬੋਲਦੀ ਸੀ। ਇਸ ਕਰਕੇ ਆਪ ਨੇ ਕਿਰਪਾ ਕਰਨੀ। ਹੇ ਪਰਮਾਤਮਾ ਮੇਰੇ ਬਿਰਧí ਲੱਜਿਆ ਰੱਖ ਲੈਣੀ। ਤੇ ਸਾਧ ਸੰਗਤ ਜੀ ਅੱਜ ਜਦੋਂ ਸਾਖਤ ਫਰੀਦ ਸਾਹਿਬ ਜੀ ਉਠੇ ਤੇ ਕੀ ਦੇਖਿਆ ਸ਼ੱਕਰ ਦਾ ਢੇਰ ਲੱਗਾ ਹੋਇਆ ਸੀ ਪਹਿਲਾਂ ਤਾਂ ਕੇਵਲ ਪੁੜੀ ਇੱਕ ਛੋਟੀ ਜਿਹੀ ਮਿਲਦੀ ਸੀ ਖਾਣ ਦੇ ਵਾਸਤੇ ਅੱਜ ਢੇਰ ਲੱਗਾ ਹੋਇਆ ਤੇ ਜਦੋਂ ਸ਼ੱਕਰ ਖਾ ਖਾ ਕੇ ਮੂੰਹ ਮੁੜ ਗਿਆ ਕਹਿੰਦੇ ਹੁਣ ਤਾਂ ਸ਼ੱਕਰ ਖਾਣ ਤੋਂ ਵੀ ਮਾ ਮੇਰਾ ਮੁਖ ਮੁੜ ਗਿਆ ਜਾਂ ਖਾਣ ਨੂੰ ਚਿਤ ਨਹੀਂ ਕਰਦਾ ਫਿਰ ਸਾਧ ਸੰਗਤ ਜੀ ਜੰਗਲ ਵਿੱਚ ਚਲੇ ਗਏ ਸੀ ਲੰਬੇਰਾ ਸਮਾ ਤਪ ਕੀਤਾ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਕਰਕੇ ਰਹੇ ਨੇ ਲੰਬੇ ਰੇ ਸਮੇਂ ਬਾਅਦ ਆਏ ਤੇ ਜਿਹੜੇ ਭਗਤ ਫਰੀਦ ਸਾਹਿਬ ਜੀ ਦੇ ਭਰਾਤਾ ਸਨ ਤਿਨਾਂ ਨੇ ਜਿੰਨੀ ਵੀ ਜਾਇਦਾਦ ਸੀ ਸਾਰੀ ਜ਼ਬਤ ਕਰ ਲਈ ਤੇ ਮਾਤਾ ਜੀ ਬੜੀ ਬੰਦਗੀ ਵਾਲੀ ਸੀ ਸਾਧ ਸੰਗਤ ਜੀ ਛੋਟੀ ਜਿਹੀ ਇੱਕ ਕੁੱਲੀ ਬਣਾਈ ਤੇ ਉੱਥੇ ਬੈਠ ਕੇ ਬੰਦਗੀ ਕਰ ਰਹੇ ਸੀ ਸੋਚਿਆ ਕਿ ਲੰਮਾ ਸਮਾਂ ਹੋ ਗਿਆ ਆਪਣੀ ਮਾਂ ਨੂੰ ਮਿਲ ਕਰਕੇ ਆਵਾਂ ਭਗਤ ਫਰੀਦ ਸਾਹਿਬ ਜੀ ਆਏ ਨੇ ਮਾਤਾ ਨੂੰ ਬੜਾ ਚਾਅ ਚੜਿਆ ਤੇ ਬੜੇ ਪਿਆਰ ਦੇ ਨਾਲ ਮੇੜੇ ਨੇ ਕਹਿਣ ਲੱਗੇ ਆ ਪੁੱਤਰ ਜੇ ਕਿਤੇ ਮੈਨੂੰ ਮੇਰੇ ਕੋਲ ਇੱਕ ਪਾ ਖੰਡ ਹੁੰਦੀ ਇੱਕ ਪਾ ਕਿਉਂ ਹੁੰਦਾ ਤੇ ਮੈਂ ਕੜਾ ਪ੍ਰਸ਼ਾਦ ਬਣਾ ਕੇ ਪ੍ਰਸ਼ਾਦ ਵੰਡ ਕਦੇ ਬੰਦਗੀ ਕਰਨ ਵਾਲੇ ਮਹਾਪੁਰਸ਼ਾਂ ਦੇ ਵਿੱਚ ਵੰਡ ਦਿੰਦੀ ਲੋਕਾਂ ਨੂੰ ਬੜੇ ਚਾਅ ਦੇ ਨਾਲ ਮਿੱਠਾ ਪ੍ਰਸ਼ਾਦ ਬਣਾ ਕਰਕੇ ਛਕਾਉਂਦੀ ਪਰ ਮੇਰੇ ਕੋਲ ਹੈ ਨਹੀਂ ਬਦਕਿਸਮਤੀ ਹੈ ਤੇ ਪਗਤ ਫਰੀਦ ਜੀ ਕਹਿੰਦੇ ਪ੍ਰਮਾਤਮਾ ਜ਼ਰੂਰ ਤੁਹਾਡੀ ਇੱਛਾ ਪੂਰੀ ਕਰੇਗਾ ਇਸੇ ਤਰ੍ਹਾਂ ਹੋਇਆ ਸਾਧ ਸੰਗਤ ਜੀ ਆਪ ਬੰਦਗੀ ਕਰਨ ਵਾਸਤੇ ਚਲੇ ਗਏ ਤੇ ਪਰਮੇਸ਼ਰ ਆਪ ਰਾਜੇ ਦਾ ਰੂਪ ਧਾਰਨ ਕਰਕੇ ਗੱਡੇ ਦੇ ਉੱਪਰ ਰਸਤਾ ਲੱਦ ਕਰਕੇ ਲੈ ਆਇਆ। ਪਰਮਾਤਮਾ ਆਪ ਰਾਜੇ ਦਾ ਰੂਪ ਧਾਰਨ ਕਰਕੇ ਆਇਆ ਤੇ ਗੱਡਾ ਭਰਿਆ ਹੋਇਆ ਰਸਤਾ ਦੇ ਨਾਲ ਕਿਉ ਸ਼ੱਕਰ ਹੋਰ ਵੀ ਜਿਹੜੇ ਕੋ ਲੋਢਿੰਦੇ ਪਦਾਰਥ ਚਾਹੀਦੇ ਸਨ। ਉਹ ਗੱਡਾ ਭਰਿਆ ਹੋਇਆ ਆ ਕੇ ਕਹਿਣ ਲੱਗੇ, "हे ਮਾਤਾ, ਇਹ ਰਸਤਾ ਬਸਤਾ ਰੱਖ ਲਾਓ।" ਤੇ ਉਸਾਰੇ ਜਿਹੜੀ ਕੁੱਲੀ ਸੀ ਨਾ ਸਾਥ ਸੰਗਤ ਜੀ ਉਹ ਕਿਉ ਤੇ ਅਖੰਡ ਸ਼ੱਕਰ ਦੇ ਨਾਲ ਸਾਰੀ ਭਰ ਗਈ। ਜਦੋਂ ਭਗਤ ਫਰੀਦ ਸਾਹਿਬ ਜੀ ਆਏ ਤੇ ਮਾਤਾ ਬਾਹਰ ਬੈਠੀ ਹੋ ਨਜ਼ਰ ਆ ਰਹੀ ਦੇਖ ਕਰਕੇ ਬੜੇ ਹੈਰਾਨ ਹੋਏ ਕਹਿਣ ਲੱਗੇ ਮਾਤਾ ਕੀ ਕਾਰਨ ਹੈ ਬਾਹਰ ਕਿਉਂ ਆ ਕਰਕੇ ਬੈਠੇ ਐ ਅੰਦਰ ਕਿਉਂ ਨਹੀਂ ਗੁੱਲੀ ਦੇ ਬੈਠਣਾ ਕੀਤਾ ਕਹਿਣ ਲੱਗੇ ਆ ਪੁੱਤਰ ਅੰਦਰ ਬੈਠਣ ਵਾਸਤੇ ਜਗ੍ਹਾ ਹੀ ਨਹੀਂ ਬਚੀ ਇੰਦੀਆਂ ਰਸਤਾ ਬਸਤਾ ਆ ਗਈਆਂ ਨੇ ਸਾਧ ਸੰਗਤ ਜੀ ਬੜੇ ਹੈਰਾਨ ਹੋ ਕਰਕੇ ਭਗਤ ਫਰੀਦ ਸਾਹਿਬ ਜੀ ਅੱਗੇ ਹੋ ਕਰਕੇ ਦੇਖਿਆ ਕਹਿੰਦੇ ਮਾਤਾ ਕੌਣ ਲੈ ਕੇ ਆਇਆ ਸੀ ਕਹਿਣ ਲੱਗੇ ਇਹ ਪੁੱਤਰ ਇੱਕ ਰਾਜਾ ਆਇਆ ਸੀ ਉਹ ਗੱਡਿਆਂ ਦੇ ਉੱਪਰ ਲੱਦਿਆ ਹੋਇਆ ਸੀ ਉਹਨੇ ਸਾਰੀਆਂ ਰਸਤਾ ਬਸਤਾ ਤੇ ਸਾਰੇ ਕੁੱਲੀ ਭਰ ਗਈ ਮੈਂ ਬੈਠਣਾ ਕਿਸੇ ਬੈਠਣ ਵਾਸਤੇ ਕੋਈ ਜਗ੍ਹਾ ਹੀ ਨਹੀਂ ਪ੍ਰਾਪਤ ਹੋ ਰਹੀ ਤੇ ਫਿਰ ਕਹਿਣ ਲੱਗੇ ਮਾਤਾ ਉਹ ਰਾਜਾ ਨਹੀਂ ਪਰਮੇਸ਼ਰ ਆਪ ਰਾਜੀ ਦੇ ਰੂਪ ਉਤਾਰਨ ਕਰਕੇ ਆਇਆ ਸੀਗਾ ਬੜੇ ਅਸਚਰਜਤਾ ਮਨ ਦੇ ਵਿੱਚ ਪੈਦਾ ਹੋਏ ਕਹਿੰਦੇ ਕਿ ਪੁੱਤਰ ਮੈਂ ਤੇ ਫਿਰ ਰੱਬ ਤੋਂ ਕੇਵਲ ਪਾਈਆ ਪਾਈਏ ਮੰਗੇ ਸੀ ਤੇ ਕਹਿਣ ਲੱਗੇ ਮਾਤਾ ਜਿਹੜਾ ਕਿੱਡਾ ਵੱਡਾ ਉਹ ਪ੍ਰਮਾਤਮਾ ਜਿਹੜਾ ਆਪ ਸਭ ਤੋਂ ਵੱਡਾ ਹੈ ਨਾ ਉਹਦਾ ਪਾਈਆ ਵੀ ਸਭ ਤੋਂ ਵੱਡਾ ਹੀ ਹੈ ਇਸ ਕਰਕੇ ਇਹ ਪ੍ਰਮਾਤਮਾ ਨੇ ਕਿੰਨੀਆਂ ਦਾਤਾਂ ਬਖਸ਼ਿਸ਼ ਕੀਤੀਆਂ ਉਹਦਾ ਪਾਈਆ ਵੀ ਸਭ ਤੋਂ ਵੱਡਾ ਹੀ ਹੈ ਤੇ ਓਹ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਜੇਵਡ ਆਪ ਤੇਵਡ ਤੇਰੀ ਦਾਤ ਹੈ ਇਹ ਪ੍ਰਮਾਤਮਾ ਜਿੰਨਾ ਵੱਡਾ ਤੂੰ ਆਪ ਹੈ ਓਨੀ ਵੱਡੀ ਆਪ ਜੀ ਦੀ ਦਾਤ ਹੈ ਪ੍ਰਮਾਤਮਾ ਤਨਕ ਮਾਤਰ ਵੀ ਦਾਤ ਬਖਸ਼ਿਸ਼ ਕਰ ਦੇਵੇ ਸਾਤ ਸੰਗਰਜੀ ਜੀਵ ਨਿਹਾਲ ਹੋ ਜਾਂਦਾ ਹੈ ਜਿਨ ਦਿਨ ਕਰਕੇ ਕੀਤੀ ਰਾਤ ਜਿਸ ਪਰਮਾਤਮਾ ਨੇ ਦਿਨ ਕਿਰਤ ਕਮਾਈ ਕਰਨ ਦੇ ਵਾਸਤੇ ਜੀਵਾਂ ਦੇ ਲਈ ਬਣਾਏ ਹਨ ਕਿਰਤੀ ਰਾਤ ਰਾਤਰੀ ਭਜਨ ਸਿਮਰਨ ਕਰਨ ਦੇ ਵਾਸਤੇ ਪਰਮੇਸ਼ਰ ਦਾ ਨਾਮ ਜਪਣ ਦੇ ਲਈ ਬਣਾਈ ਹੈ ਖਾਸਮ ਵਿਸਾਰਹਿ ਤੇ ਕਮ ਜਾਤ ਫਿਰ ਮਹਾਰਾਜ ਕਹਿੰਦੇ ਹੈ ਮਾਤਾ ਜੀ ਜਿਹੜੇ ਮਾਲਕ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਆ ਨਾ ਪ੍ਰਮਾਤਮਾ ਦਾ ਸਿਮਰਨ ਕਰਨਾ ਛੱਡ ਦਿੰਦੇ ਹਨ ਤੇ ਕਮ ਜਾਤ ਉਹ ਸਭ ਤੋਂ ਨੀਵੀਂ ਜਾਤ ਵਾਲੇ ਜਾਣੇ ਜਾਂਦੇ ਹਨ ਉਹ ਸਭ ਤੋਂ ਨੀਜ ਪੁਰਸ਼ ਪ੍ਰਮਾਤਮਾ ਦੇ ਘਰ ਵਿੱਚ ਮੰਨੇ ਜਾਂਦੇ ਆ ਰਬ ਦੀ ਨਜ਼ਰਾਂ ਵਿੱਚ ਸਭ ਤੋਂ ਉਹ ਨੀਚ ਹਨ ਜੋ ਪ੍ਰਮਾਤਮਾ ਦੇ ਕੀਤੇ ਹੋਏ ਉਪਕਾਰਾਂ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਹੈ ਵੈ ਗੁਰੂ ਜੀ ਦੇ ਕੀਤੇ ਹੋਏ ਉਪਕਾਰ ਪ੍ਰਮਾਤਮਾ ਦੇ ਗੁਣ ਯਾਦ ਕਰਨੇ ਜਿਨ੍ਹਾਂ ਨੇ ਛੱਡ ਦਿੱਤੇ ਹਨ ਆਪ ਹੀ ਹੰਕਾਰ ਕਰਦੇ ਰਹਿੰਦੇ ਆ ਉਹ ਜਾਣੋ ਕਿ ਰੱਬ ਦੀ ਨਜ਼ਰਾਂ ਵਿੱਚ ਸਭ ਤੋਂ ਨੀਵੇਂ ਹਨ ਨਾਨਕ ਨਾਵੈ ਬਾਜ ਸੁਨਾਤ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਜਪਣ ਤੋਂ ਬਿਨਾ ਸੁਨਾਤ ਕਹੀਏ ਕਿ ਭੂਤਾਂ ਦੀ ਤਰ੍ਹਾਂ ਪ੍ਰੇਤਾਂ ਦੀ ਤਰ੍ਹਾਂ ਸੰਸਾਰ ਦੇ ਜੀਵ ਹਨ ਸੁਨਾਤ ਕਹੀਏ ਕਿ ਉਹ ਜਾਣੋ ਪ੍ਰਤੱਖ ਪ੍ਰੇਤ ਹੀ ਤੁਰੇ ਫਿਰ ਰਹੇ ਐ ਜਿਵੇਂ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਹਨ ਗੁਰਬਾਣੀ ਅੰਦਰ ਕਿ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਮਹਾਰਾਜ ਕਹਿੰਦੇ ਜੋ ਕਲਯੁਗ ਦੇ ਭਿਆਨਕ ਸਮੇਂ ਅੰਦਰ ਜਿਨ੍ਹਾਂ ਦਾ ਜਨਮ ਹੋਇਆ ਜੋ ਪਿਤਾ ਕਹਿੰਦੇ ਕਿ ਪੁੱਤਰ ਨਹੀਂ ਪਰਮੇਸ਼ਰ ਦਾ ਨਾਮ ਜਪਦਾ ਪੁੱਤ ਜਨੂਰਾ ਧੀ ਜਨੂਰੀ ਕਹਿੰਦੇ ਕਿ ਉਹਨਾਂ ਦਾ ਪੁੱਤਰ ਵੀ ਧੀ ਵੀ ਸਾਰੇ ਪ੍ਰੇਤ ਹਨ ਜੋ ਜਿਨ੍ਹਾਂ ਦਾ ਸਿਕਦਾਰਤ ਸਭ ਤੋਂ ਵੱਡੀ ਸਰਦਾਰ ਨਹੀਂ ਉਹਨਾਂ ਦੀ ਵੱਡੀ ਪ੍ਰਤਨੀ ਪ੍ਰੇਤ ਹੈ ਉਹ ਮਾਂ ਜਿਨ੍ਹਾਂ ਨੇ ਐਸੀ ਔਲਾਦ ਨੂੰ ਜਨਮ ਦਿੱਤਾ ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਇਹ ਮਹਾਰਾਜ ਸਾਹਿਬ ਜੀ ਦੇ ਬਚਨ ਹੈ ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨਾਨਕ ਨਾਵੈ ਬਾਜ ਸਨਾਤ ਕਿ ਵਾਹਿਗੁਰੂ ਜੀ ਦੇ ਨਾਮ ਜਪਣ ਤੋਂ ਬਿਨਾਂ ਜਿਹੜੇ ਸੰਸਾਰ ਦੇ ਜੀਵ ਹਨ ਜਾਣੋ ਕਿ ਸਨਾਤ ਪ੍ਰੇਤਾਂ ਦੀ ਤਰ੍ਹਾਂ ਹਨ ਤੇ ਮੁੰਬਈ ਦੇ ਇਲਾਕੇ ਦੇ ਨੇੜੇ ਸਾਧ ਸੰਗਤ ਜੀ ਇੱਕ ਸਨਾਤ ਜਾਤੀ ਵੀ ਮੰਨੀ ਗਈ ਹੈ ਜਿਵੇਂ ਸਭ ਤੋਂ ਨੀਵੀਂ ਜਾਤ ਭੰਗੀ ਕਹ ਦਿੰਦੇ ਆ ਨਾ ਕਿ ਗੰਦਗੀ ਇਕੱਠੀ ਕਰਦੇ ਆ ਉਹਨਾਂ ਦੇ ਨਾਲੋਂ ਵੀ ਇੱਕ ਸਨਾਤ ਜਾਤ ਮੰਨੀ ਗਈ ਹੈ ਜਿਨ੍ਹਾਂ ਦੇ ਕੋਲ ਸਾਧ ਸੰਗਤ ਜੀ ਭੰਗੀ ਵੀ ਜਿਹੜੇ ਹਨ ਉਹ ਵੀ ਲੰਗਰ ਪ੍ਰਸ਼ਾਦ ਉਹਨਾਂ ਦੇ ਹੱਥਾਂ ਦਾ ਛੱਕਦੇ ਨਹੀਂ ਹੈ ਐਨੀ ਉਹ ਨੀਵੀਂ ਜਾਤ ਸੰਸਾਰ ਦੇ ਅੰਦਰ ਮੰਨੀ ਜਾਂਦੀ ਹੈ ਗੁਰਮਤ ਅਨਸਾਰ ਤਾਂ ਭਾਵੇਂ ਕਿਸੇ ਦੀ ਜਾਤ ਪਾਤ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਪਰ ਸੰਸਾਰ ਦੀ ਰੀਤੀ ਅਨਸਾਰ ਇੱਕ ਸਨਾਤੀ ਜਾਤੀ ਮੰਨੀ ਜਾਂਦੀ ਹੈ ਜੋ ਸਾਧ ਸੰਗਤ ਜੀ ਭੰਗੇ ਵੀ ਉਹਨਾਂ ਦੇ ਕੋਲੋਂ ਨੇੜੇ ਜਾਣੇ ਤੋਂ ਗੁਰੇਜ਼ ਕਰਦੇ ਆ ਕੋਈ ਨਹੀਂ ਜਿਆਦਾ ਉਹ ਆਪਣੀ ਜ਼ਿੰਦਗੀ ਵਿੱਚ ਗੰਦਗੀ ਵਿੱਚ ਹੀ ਆਪਣਾ ਜੀਵਨ ਜਿਹੜਾ ਹਰ ਸਮੇਂ ਬਤੀਤ ਕਰਦੇ ਰਹਿੰਦੇ ਹਨ ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਐਸੇ ਹੀ ਸ਼ਬਦ ਦੇ ਸਾਧ ਸੰਗਤ ਜੀ ਅੰਤਰੀ ਭਾਵ ਹਨ ਜਗਿਆਸੂ ਦੇ ਦੁਆਰਾ ਜੋ ਬੇਨਤੀ ਕੀਤੀ ਗਈ ਹੈ ਤੁਮਾਰਾ ਸਹਿਬ ਜੀ ਨੇ ਮਹਾਤਮਾ ਰੂਪ ਉੱਤਮਾ ਜੋ ਸਖੀ ਰੂਪ ਹੋ ਕਰਕੇ ਮਹਾਤਮਾ ਰੂਪ ਹੋ ਕਰਕੇ ਸਤਿਗੁਰਾਂ ਨੇ ਅੱਗੋਂ ਜਵਾਬ ਦਿੱਤਾ ਹੈ ਪਰਮਾਰਸ ਦੇ ਰਸਤੇ ਤੇ ਜੀਵਨ ਦੀ ਸਫਲਤਾ ਦਾ ਲਈ ਫਿਰ ਆਰੰਭ ਤੋਂ ਪੜੋ ਜੀ ਆਖਾ ਜੀਵਾ ਵਿਸਰਾ ਮਰ ਜਾਓ ਜਗਿਆਸੂ ਜਨ ਦਵਾਰ ਬੇਨਤੀ ਕੀਤੀ ਗਈ ਹੈ हे ਮਹਾਤਮਾ ਰੂਪ ਸਤਿਗੁਰੂ ਜੀ ਜੋ ਸੰਸਾਰ ਦੀ ਜੀਵਾਂ ਉਹਨਾਂ ਦੀ ਕਿੱਦਾਂ ਦੀ ਹਾਲਤ ਹੈ ਮਹਾਰਾਜ ਕਹਿੰਦੇ ਆਖਾ ਜੀਵਾ ਜੋ ਜਗਿਆਸੂ ਪਰਮੇਸ਼ਰ ਦਾ ਨਾਮ ਜਪਦੇ ਐ ਉਹ ਜੀਵਤ ਭਾਵ ਵਿੱਚ ਹੋ ਜਾਂਦੇ ਭਾਵ ਕੇ ਅਮਰ ਹੋ ਜਾਂਦੇ ਦੁਬਾਰਾ ਉਹਨਾਂ ਨੂੰ ਮਰਨਾ ਨਹੀਂ ਪੈਂਦਾ ਕਿਉਂਕਿ ਜਨਮ ਹੀ ਨਹੀਂ ਹੁੰਦਾ ਤੇ ਮੌਤ ਕਿੱਥੋਂ ਆਵੇਗੀ ਉਹ ਪ੍ਰਮਾਤਮਾ ਦਾ ਸਰੂਪ ਹੀ ਹੋ ਜਾਂਦੇ ਐ ਪਰ ਵਿਸਰੈ ਮਰ ਜਾਓ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਸਿਮਰਨ ਵਿਸਰ ਜਾਂਦਾ ਹੈ ਵਾਹਿਗੁਰੂ ਦਾ ਨਾਮ ਵਿਸਾਰ ਦਿੰਦੇ ਐ ਉਹ बार-बार ਮਰਦੇ ਫੇਰ ਜਨਮ ਦੇ ਹਨ ਬਾਰ ਬਾਰ ਮਰਦੇ ਮੌਤ ਦੇ ਮੂਹ ਵਿੱਚ ਪੈ ਕੇ ਬਾਰ ਬਾਰ ਜਨਮ ਧਾਰਦੇ ਹਨ ਆਖਣ ਔਖਾ ਸਾਚਾ ਨਾਉ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਸੱਚਾ ਨਾਮ ਆਖਿਆ ਹੈ ਉਹਨਾਂ ਦੇ ਜੀਵਨ ਦੀਆਂ ਔਖਾਈਆਂ ਔਖੀਆਂ ਕਾਟੀਆਂ ਪਰਮਾਤਮਾ ਨੇ ਦੂਰ ਕਰ ਦਿੱਤੀਆਂ ਹਨ ਸਾਚੇ ਨਾਮ ਕੀ ਲਾਗੈ ਭੂਖ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਸੱਚੇ ਨਾਮ ਦੀ ਤੜਪ ਹੈ ਭੁਖ ਹੈ ਵਾਹਿਗੁਰੂ ਦਾ ਨਾਮ ਜਪਣ ਲਈ ਬਾਰ-ਬਾਰ ਹਿਰਦਾ ਤੜਫਦਾ ਹੈ ਤਿਤ ਭੂਖਾ ਖਾਇ ਚਲਿਆ ਹੈ ਦੁਖਾ ਜਿਹੜੇ ਵਿਸ਼ੇ ਤੇ ਵਿਕਾਰ ਜਾਂ ਔਗਣ ਜਾਂ ਪੂਰਬਲੇ ਕੀਤੇ ਹੋਏ ਪਾਪ ਕਰਮ ਹੈ ਬਾਰ-ਬਾਰ ਜੀਵ ਨੂੰ ਦੁੱਖ ਦੇਂਦੇ ਹਨ ਦੁੱਖਦਾਇਕ ਹਨ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਖਾਏ ਉਹ ਸਾਰੇ ਜਾਨੁਕ ਵਾਹਿਗੁਰੂ ਦੇ ਨਾਮ ਨੇ ਖਾ ਲਏ ਐ ਅਭਾਵ ਕਰ ਦਿੱਤੇ ਹਨ ਤਿਤ ਭੁਖੈ ਖਾਏ ਵਾਹਿਗੁਰੂ ਦੇ ਨਾਮ ਦੇ ਭੁਖ ਹੋਣੇ ਕਰਕੇ ਪਰਮਾਤਮਾ ਦਾ ਨਾਮ ਜਪਣ ਕਰਕੇ ਜਿਹੜੇ ਔਖੀਆਂ ਘਾਟੀਆਂ ਰੂਪੀ ਦੁੱਖ ਹਨ ਪੂਰਬਲੇ ਪਾਪ ਕਰਮਾਂ ਰੂਪੀ ਦੁੱਖ ਹਨ ਵਿਸ਼ਿਆਂ ਦੇ ਵਿਕਾਰਾਂ ਦੇ ਔਗਣਾਂ ਦੇ ਜਿਹੜੇ ਹਰ ਸਮੇਂ ਜੀਵ ਨੂੰ ਬਾਰ-ਬਾਰ ਦੁੱਖਦਾਇਕ ਹੋ ਕਰਕੇ ਬਾਰ-ਬਾਰ ਦੁਖੀ ਕਰਦੇ ਐ ਚੰਬੜਦੇ ਐ ਮਹਾਰਾਜ ਕਹਿੰਦੇ ਸਭ ਉਹ ਅਪਹਾਵ ਕਰ ਦਿੱਤੇ ਹਨ ਸੋ ਕਿਉ ਵਿਸਰੈ ਮੇਰੀ ਮਾਏ ਜਿਗਿਆਸੂ ਜਨ ਦੁਆਰ ਬੇਨਤੀ ਕੀਤੀ ਗਈ ਐ ਸੋ ਕਿਉ ਵਿਸਰੈ ਮਹਾਰਾਜ ਰੱਬ ਕਿਉ ਵਿਸਰ ਜਾਂਦਾ ਸੰਸਾਰ ਦੇ ਲੋਗਾਂ ਨੂੰ ਕਹਿੰਦੇ ਮੇਰੀ ਮਾਏ ਮਾਏ ਕਹੀ ਕਿ ਮਾਇਆ ਜਾ ਜੜ ਮਾਇਆ ਜਾਂ ਫਿਰ ਚੇਤਨ ਮਾਇਆ ਮਹਾਰਾਜ ਕਹਿੰਦੇ ਉਹ ਸੰਸਾਰ ਦੀ ਮੇਰ ਤੇਰ ਦੇ ਵਿੱਚ ਹਰ ਸਮੇ ਪਏ ਰਹਿੰਦੇ ਆ ਇਹ ਮੇਰੀ ਹੈ ਇਹ ਤੇਰੀ ਹੈ ਇਹ ਸਭ ਕੁਝ ਮੇਰਾ ਹੈ ਇਸ ਕਰਕੇ ਕਹਿੰਦੇ ਰੱਬ ਵਿਸਰ ਜਾਂਦਾ ਸੋ ਕਿਉਂ ਵਿਸਰੈ ਮੇਰੀ ਮਾਇ ਮੇਰੀ ਕਹੀਏ ਕਿ ਮੇਰ ਤੇਰ ਦੇ ਵਿੱਚ ਲੱਗੇ ਰਹਿੰਦੇ ਹਨ ਮੇਰੀ ਮੇਰੀ ਕਰਤੇ ਜਨਮ ਗਾਇਓ ਉਹਨਾਂ ਦਾ ਜਨਮ ਮਹਾਰਾਜ ਕਹਿੰਦੇ ਇਦਾਂ ਹੀ ਅਜਾਈ ਹੀ ਚਲਾ ਜਾਂਦਾ ਹੈ ਉਹ ਹਰ ਸਮੇ ਮੇਰ-ਤੇਰ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਤਾਂ ਹੀ ਰੱਬ ਭੁੱਲ ਜਾਂਦਾ ਹੈ ਸਾਚਾ ਸਾਹਿਬ ਸਾਚਾ ਨਾਹੀ ਪਰ ਬੰਦਗੀ ਕਰਨ ਵਾਲਾ ਨੇ ਇਸ ਜੇ ਕਰਕੇ ਜਾਣਿਆ ਕਿ ਮਾਲਕ ਸੱਚਾ ਆਪ ਹੈ ਤੇ ਪਰਮੇਸ਼ਰ ਦਾ ਨਾਮ ਵੀ ਸਦਾ ਸੱਚ ਹੈ ਤਾਂ ਹੀ ਉਹਨਾਂ ਗੁਰਮੁਖਾਂ ਨੂੰ ਨਾਮ ਭੁੱਲਦਾ ਨਹੀਂ ਹੈ ਤਾਂ ਹੀ ਪਰਮੇਸ਼ਰ ਦੇ ਪਿਆਰੇ ਨਾਮ ਨੂੰ ਹਰ ਸਮੇ ਹਿਰਦੇ ਅੰਦਰ ਯਾਦ ਕਰਦੇ ਆ ਵਾਹਿਗੁਰੂ ਜੀ ਦੀ ਯਾਦ ਵਿੱਚ ਹਰ ਸਮੇਂ ਜੁੜੇ ਰਹਿੰਦੇ ਹਨ ਰਹਾਉ ਮਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਸਾਚੇ ਨਾਮ ਕੀ ਤਿਲ ਵਡਿਆਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਦੀ ਜੋ ਵਡਿਆਈ ਹੈ ਦਿਲ ਮਾਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਕਥਨ ਨਹੀਂ ਕਰ ਸਕਦਾ ਆਖ ਥੱਕੀ ਕੀਮਤ ਨਹੀਂ ਪਾਈ ਕੋਈ ਕੀਮਤ ਨਹੀਂ ਪਾ ਸਕਿਆ ਕੀ ਮਤ ਪਾਈ ਜਿਹੜੇ ਆਖ ਆ ਕਰਕੇ ਥੱਕ ਹਾਰ ਗਏ ਐ ਕੀ ਉਹਨਾਂ ਨੇ ਪੂਰੀ ਮਤ ਪਾ ਲਈ ਐ ਪੂਰੀ ਮਤ ਦੁਆਰਾ ਕੀ ਉਹਨਾਂ ਨੇ ਕੀਮਤ ਪਾ ਲਈ ਐ ਬੜੇ ਬੜੇ ਮੱਤਾ ਮਤਾਂਤਰਾਂ ਵਾਲੇ ਵੀ ਆਏ ਐ ਜਿਨ੍ਹਾਂ ਨੇ ਸੰਸਾਰ ਭਰ ਦੇ ਅੰਦਰ ਸਾਧ ਸੰਗਤ ਜੀ ਸਭ ਤੇ ਜਿੱਤ ਪ੍ਰਾਪਤ ਕਰ ਲਈ ਹੈ ਏਨੀ ਜਿਆਦਾ ਉਹਨਾਂ ਦੀ ਬੁੱਧੀ ਤੇਜ ਹੈ ਏਨੀ ਜਿਆਦਾ ਉਹਨਾਂ ਦੀ ਮਤ ਪ੍ਰਚਲਿਤ ਹੈ ਬਹੁਤ ਤੇਜ ਹੈ ਪਰ ਮਹਾਰਾਜ ਕਹਿੰਦੇ ਉਹਨਾਂ ਨੇ ਭਲਾ ਕੀ ਕੀਮਤ ਪਾ ਲਈ ਹੈ ਕੋਈ ਕੀਮਤ ਨਹੀਂ ਪਾ ਸਕਿਆ ਜੇ ਸਭ ਮਿਲ ਕੇ ਆਖਣ ਪਾਹੇ ਸਤਿਗੁਰੂ ਜੀ ਕਹਿੰਦੇ ਜੇ ਸਾਰੇ ਸੰਸਾਰ ਭਰ ਦੇ ਜੀਵ ਮਿਲ ਕਰਕੇ ਆਖਣ ਤੇ ਭਲਾ ਕੀ ਪਾਉਣਗੇ ਪਾਵ ਅੰਤ ਸਮੇ ਉਹਨਾਂ ਨੂੰ ਝੂੜਨਾ ਹੀ ਪ੍ਰਾਪਤ ਹੋਵੇਗਾ ਜੇਕਰ ਕੋਈ ਕਹਿਣ ਦਾ ਯਤਨ ਕਰੇ ਤਾਂ ਕਿ ਅੰਤ ਨਾ ਪਾਏ ਜਾਹੇ ਪਰਮੇਸ਼ਰ ਦਾ ਅੰਤ ਨਹੀਂ ਕੋਈ ਵੀ ਪਾ ਸਕਦਾ ਵੱਡਾ ਨਾ ਹੋਵੇ ਘਾਟ ਨਾ ਜਾਏ ਸਤਿਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਵਾਹਿਗੁਰੂ ਜੀ ਦਾ ਨਾਮ ਜਪਦੇ ਹੈ ਵੱਡਾ ਨਾ ਹੋਵੇ ਕਈ ਸਾਧ ਸੰਗਤ ਜੀ ਇਲਾਕਿਆਂ ਵਿੱਚ ਜੇ ਕਿਸੇ ਦੀ ਮੌਤ ਹੋ ਜਾਵੇ ਨੂੰ ਕਹਿੰਦੇ ਵੱਡਾ ਹੋ ਗਿਆ ਇਹ ਸ਼ਬਦ ਵਰਤੇ ਜਾਂਦੇ ਹਨ ਤੋਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਵੱਡਾ ਨਾ ਹੋਵੇ ਕਹਿੰਦੇ ਉਹ ਫਿਰ ਦੁਬਾਰਾ ਵੱਡਾ ਨਹੀਂ ਹੁੰਦਾ ਭਾਵ ਕਿ ਮਰਦਾ ਨਹੀਂ ਹੈ ਜੋ ਗੁਰਮੁਖ ਪਿਆਰਾ ਹਰ ਸਮੇਂ ਨਾਮ ਜਪਦਾ ਹੈ ਬੰਦਗੀ ਕਰਨ ਵਾਲਾ ਬ੍ਰਹਮ ਬੇਤਾ ਵੱਡਾ ਨਾ ਹੋਵੇ ਘਾਟ ਨਾ ਜਾਏ ਤੇ ਉਹ ਫਿਰ ਜੂਨਾ ਰੂਪੀ ਘਾਟਿਆਂ ਵਿੱਚ ਨਹੀਂ ਪੈਂਦਾ ਬਾਰ-ਬਾਰ ਚਾਰ ਖਾਣੀਆਂ ਰੂਪ ਘਾਟਾਂ ਵਿੱਚ ਉਸ ਨੂੰ ਨਹੀਂ ਪੈਣਾ ਪੈਂਦਾ 84 ਲੱਖ ਜੂਨਾ ਦੇ ਘਾਟਾਂ ਵਿੱਚ ਬਾਰ-ਬਾਰ ਨਹੀਂ ਪੈਣਾ ਪੈਂਦਾ ਜੋ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਨਾ ਉਹ ਮਰ ਨਾ ਹੋਵੇ ਸੋਗ ਐਸੀ ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀ ਬ੍ਰਹਮ ਭੀਤੇ ਦੇ ਜੀਵਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਤਾਂ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਆਉਂਦੀ ਹੈ ਚਿੰਤਾ ਤਾਂ ਨਹੀਂ ਆਉਂਦੀ ਉਹ ਹਰ ਸਮੇਂ ਪਰਮਾਤਮਾ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਹਨ ਔਰ ਨਾ ਉਹ ਮਰੈ ਨਾ ਮਹਾਰਾਜ ਕਹਿੰਦੇ ਉਹਨਾਂ ਨੂੰ ਮੌਤ ਮਾਰ ਸਕਦੀ ਐ ਦੇਂਦਾ ਰਹੈ ਨਾ ਚੁੱਕੈ ਭੋਗ ਜੈਸੇ ਬ੍ਰਹਮ ਗਿਆਨੀ ਜਗਿਆਸੂ ਜਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਮਹਾਰਾਜ ਸਹਿਬ ਜੀ ਦੇ ਸ਼ਬਦ ਦਾ ਉਪਦੇਸ਼ ਦੇਂਦੇ ਰਹਿੰਦੇ ਹਨ ਨਾ ਚੁੱਕੈ ਭੋਗ ਔਰ ਨਾ ਹੀ ਸਾਧ ਸੰਗਤ ਜੀ ਉਹਨਾਂ ਦਾ ਉਪਦੇਸ਼ ਕਦੇ ਚੁੱਕਦਾ ਹੈ ਮੁੱਕਦਾ ਵੀ ਨਹੀਂ ਹੈ ਜਿੰਨਾ ਮਰਜ਼ੇ ਆਪ ਕੋ ਖਾਈ ਜਾਵੇ ਖਰਚੀ ਜਾਵੇ ਆਪ ਕਮਾਈ ਕਰੀ ਜਾਵੇ ਹੋਰਾਂ ਨੂੰ ਉਪਦੇਸ਼ ਵੰਡੀ ਜਾਵੇ ਗੁਣ ਇਹੋ ਹੋਰ ਨਾਹੀ ਕੋਈ ਕਹਿੰਦੇ ਹਨ ਕਿ ਇਹ ਬ੍ਰਹਮ ਗਿਆਨੀ ਬੰਦਗੀ ਕਰਨ ਵਾਲੇ ਬ੍ਰਹਮ ਭੇਤਿਆਂ ਦੇ ਅੰਦਰ ਸ਼ubh ਗੁਣ ਹਨ ਹੋਰ ਇਸ ਕਰਕੇ ਤਾਂ ਹੀ ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾ ਕੋਈ ਦੂਜਾ ਦਿਸਦਾ ਨਹੀਂ ਹੈ ਨਾ ਕੋ ਹੋਆ ਨਾ ਕੋ ਹੋਏ ਤੇ ਬ੍ਰਹਮ ਗਿਆਨੀ ਦੇ ਸਮਸਤ ਨਾ ਕੋਈ ਹੋਇਆ ਸੀ ਨਾ ਕੋਈ ਹੋ ਸਕੇਗਾ ਬੰਦਗੀ ਕਰਨ ਵਾਲੀ ਬ੍ਰਹਮ ਭੀਤੇ ਦੇ ਸਮਾਨ ਨਾ ਕੋਈ ਰਾਜਾ ਮਹਾਰਾਜਾ ਬਾਦਸ਼ਾ ਕੋਈ ਸਿਆਣਪਾਂ ਵਾਲਾ ਮਤਾਂ ਬਤੰਤਰਾ ਵਾਲਾ ਬਹੁਤੇ ਧਨ ਪਦਾਰਥਾ ਵਾਲਾ ਨਾ ਕੋਈ ਹੋਇਆ ਸੀ ਨਾ ਹੀ ਕੋਈ ਹੋ ਸਕੇਗਾ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਹੈ ਜਗਿਆਸੂ ਜਨ ਜਿੱਦੇ ਵੱਡੇ ਬ੍ਰਹਮ ਗਿਆਨੀ ਆਪ ਹੈ ਨਾ ਪਰਮਾਤਮਾ ਨੇ ਓਨੀ ਵੱਡੀ ਬ੍ਰਹਮ ਜਿਹੜੀ ਬ੍ਰਹਮ ਵਿਦਿਆ ਹੈ ਨਾ ਉਹਨਾਂ ਨੂੰ ਦਾਤ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਜੀ ਜੋ ਮਹਾਰਾਜ ਸਾਹਿਬ ਜੀ ਨੇ ਸਾਨੂੰ ਸ਼ਬਦ ਦੇ ਲੜ ਲਗਾਇਆ ਹੈ ਨਾ ਇਹ ਬੜੀ ਅਮੋਲਕ ਬਹੁਤ ਵੱਡੀ ਦਾਤ ਹੈ ਜੋ ਬ੍ਰਹਮ ਵਿਦਿਆ ਪੜਦੇ ਹਾਂ ਬ੍ਰਹਮ ਵਿਦਿਆ ਸਿੱਖਦੇ ਹਾਂ ਬ੍ਰਹਮ ਵਿਦਿਆ ਨੂੰ ਜੀਵਨ ਦੇ ਵਿੱਚ ਕਮਾਉਂਦੇ ਹਾਂ ਮਹਾਰਾਜ ਕਹਿੰਦੇ ਬੜੀ ਅਮੋਲਕ ਤੇ ਸਭ ਤੋਂ ਵੱਡੀ ਵਸ ਗੁਰੂ ਨੇ ਦਾਤ ਬਖਸ਼ੀ ਐ ਜਿਨ ਦਿਨ ਕਰਕੇ ਕੀਤੀ ਰਾਤ ਜਿਸ ਬ੍ਰਹਮ ਵਿਦਿਆ ਦੇ ਦਰ ਦਵਾਰਾ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਸਤਪੁਰਸ਼ਾਂ ਨੇ ਜੇਨਾ ਦਿਨ ਕਰਕੇ ਜਗਿਆਸੂਆਂ ਦੇ ਹਿਰਦੇ ਅੰਦਰ ਗਿਆਨ ਰੂਪੀ ਦਿਨ ਪਾਪ ਕੇ ਪ੍ਰਕਾਸ਼ ਕਰ ਦਿੱਤਾ ਹੈ ਔਰ ਕੀਤੀ ਰਾਤ ਜਿਹੜੀ ਰਾਤਰੀ ਸੀ ਨਾ ਅਵਿਦਿਆ ਰੂਪ ਰਾਤ ਨੂੰ ਅਭਾਵ ਕਰ ਦਿੱਤਾ ਹੈ ਗਿਆਨ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਨ ਚੜ ਗਿਆ ਹੈ ਮਹਾਰਾਜ ਜੀ ਦੇ ਬ੍ਰਹਮ ਵਿਦਿਆ ਦੀ ਦਾਰ ਦੁਆਰਾ ਔਰ ਅਵਿਦਿਆ ਦੀ ਅ ਗਿਆਨ ਦੀ ਅਵਰਣ ਦੀ ਜਿਹੜੀ ਰਾਤਰੀ ਸੀ ਪ੍ਰਮਾਤਮਾ ਨੇ ਦੂਰ ਕਰ ਦਿੱਤੀ ਹੈ ਖਸਮ ਵਿਸਾਰਹਿ ਤੇ ਕਮ ਜਾਤ ਜੋ ਇਸ ਕਰਕੇ ਕਹਿੰਦੇ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਆ ਉਹ ਕਮ ਜਾਤ ਕਮ ਜਾਤ ਕਹਿੰਦੇ ਕਿ ਹਰ ਸਮੇ ਉਹ ਕਮ ਸਭ ਤੋਂ ਨੀਵੀਂ ਜਾਤ ਵਾਲੇ ਜਾਣੇ ਜਾਂਦੇ ਹਨ ਕਮ ਉਹਨਾਂ ਦੀ ਜਿਹੜੀ ਬੁੱਧੀ ਦਾ ਬਾਲੋ ਵੀ ਘਟਦਾ ਜਾਂਦਾ ਹੈ ਕਮ ਹੰਦਾ ਜਾਂਦਾ ਹੈ ਘਟਦਾ ਜਾਂਦਾ ਹੈ ਨਾਨਕ ਨਾਵੈ ਬਾਜ ਸੁਨਾਤ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਹੈ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਜੀਵ ਜਿਉਂਦੇ ਹੀ ਜਿਹੜੇ ਪ੍ਰੇਤਾਂ ਦੀ ਤਰ੍ਹਾਂ ਹਨ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਜੋ ਜੀਵ ਹਨ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਧੰ ਸਤਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਗਲੇ ਸ਼ਬਦ ਦੇ ਅੰਦਰ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿਸੇ ਨਗਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਤੇ ਉਹਨਾਂ ਨੇ ਸਾਧ ਸੰਗਤ ਜੀ ਘਿਰਣਾ ਕੀਤੇ ਮਨ ਵਿੱਚ ਸ਼ੰਕੇ ਆਏ ਉਹਨਾਂ ਦੇ ਕਿ ਮਹਾਰਾਜ ਤੁਸੀਂ ਆਪਣੇ ਨਾਲ ਮਰਾਸੀ ਨੂੰ ਲਈ ਫਿਰਦੇ ਹੋ ਜਿਵੇਂ ਸਾਧ ਸੰਗਤ ਜੀ ਭਾਈ ਮਰਦਾਨਾ ਸੀ ਥਨ ਕਿ ਨੀਵੇਂ ਜਾਤ ਵਾਲੇ ਨੂੰ ਆਪਣੇ ਨਾਲ ਨਾਲ ਤੁਸੀਂ ਚੁੱਕੀ ਫਿਰਦੇ ਹੋ ਇਹ ਤਾਂ ਸ਼ੁੱਧਰਿਆ ਨੀਵੀਂ ਜਾਤ ਵਾਲਾ ਇਸ ਪ੍ਰਕਾਰ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਮਹਾਰਾਜ ਸਾਹਿਬ ਜੀ ਦੇ ਨਾਲ ਸਾਧ ਸੰਗਤ ਜੀ ਜੀਵਨ ਕਾਲ ਦੌਰਾਨ ਰਹੇ ਹਨ ਗਰੀਬ ਨਵਾਜ਼ ਸਤਗੁਰੂ ਜੀ ਦੇ ਨਾਲ ਹੀ ਸਿੱਖੀ ਦਾ ਪ੍ਰਚਾਰ ਸਭ ਥਾਵਾਂ ਤੇ ਮਹਾਰਾਜ ਸਾਹਿਬ ਜੀ ਦੇ ਨਾਲ ਜਾਂਦੇ ਰਹੇ ਨੇ ਸੂਏਸ ਪ੍ਰਕਾਰ ਜਦੋਂ ਸਾਧ ਸੰਗਤ ਜੀ ਸ਼ੰਕਾ ਕੀਤਾ ਤੇ ਮਹਾਰਾਜ ਸਹਿਬ ਜੀ ਨੇ ਸ਼ਬਦ ਦਵਾਰੋਂ ਸ਼ੰਕੇ ਦੀ ਨਿਵਰਤੀ ਕੀਤੀ ਆ ਜੇ ਦਰ ਮੰਗਤ ਕੂਕ ਕਰੇ ਕਹਿੰਦੇ ਹਨ ਕਿ ਜੇਕਰ ਕੋਈ ਮੰਗਤਾ ਮਾਲਕ ਦੇ ਦਰ ਤੇ ਆ ਕਰਕੇ ਕੂਕ ਕਈਏ ਕਿ ਪੁਕਾਰ ਕਰਦਾ ਹੈ ਹੱਥ ਜੋੜ ਕਰਕੇ ਫਰਿਆਦ ਕਰੇ ਮਹਿਲੀ ਖਸਮ ਸੁਣੇ ਮਹਿਲਾਂ ਦਾ ਮਾਲਕ ਜੋ ਖਸਮ ਬਾਦਸ਼ਾਹ ਹੈ ਮਾਲਕ ਹੈ ਉਹ ਸੁਣ ਲਵੇ ਇਸ ਪ੍ਰਕਾਰ ਜੇਕਰ ਕੋਈ ਫਰਿਆਦ ਕਰਦਾ ਹੈ ਹੱਥ ਜੋੜ ਜੋੜ ਕਰਕੇ ਬੜਾ ਨਿਮਰਤਾ ਵਾਲ ਹੋ ਕਰਕੇ ਫਰਿਆਦ ਕਰਦਾ ਹੈ ਤੇ ਮਾਲਕ ਕੋ ਦੀ ਫਰਿਆਦ ਨੂੰ ਸੁਣ ਲੈਣਾ ਕਰੇ ਭਾਵੈ ਧੀਰਕ ਭਾਵੈ ਤੱਕੇ ਇਹ ਕਹਿੰਦੇ ਮਾਲਕ ਦੀ ਆਪਣੀ ਮਰਜ਼ੀ ਹੈ ਉਹ ਮੰਗਤੇ ਨੂੰ ਭਿਖਾਰੀ ਨੂੰ ਭਿਖਿਆ ਮੰਗਣ ਵਾਲੇ ਨੂੰ ਮੰਗ ਮੰਗਣ ਆਇਆ ਜਿਹੜਾ ਮੰਗਤਾ ਹੈ ਦਹਲੇਜ ਤੇ ਹੱਥ ਜੋੜ ਕਰਕੇ ਖੜਾ ਹੈ ਉਹ ਮਾਲਕ ਦੀ ਆਪਣੀ ਮਰਜ਼ੀ ਹੈ ਭਾਵੈ ਧੀਰਕ ਭਾਵੈ ਤੱਕੇ ਉਹ ਭਾਵੈ ਧੀਰਜ ਦਾ ਦੇ ਦੇਵੇ ਕਿ ਮੈਂ ਤੇਰੀ ਝੋਲੀ ਵਿੱਚ ਖੈਰ ਪਾ ਦੇਣਾ ਜਾਂ ਫਿਰ ਉਹਨੂੰ ਧੱਕੇ ਮਾਰ ਕਰਕੇ ਬੂਹੇ ਤੋਂ ਦਰਵਾਜ਼ੇ ਤੋਂ ਬਾਹਰ ਕੱਢ ਦੇਣਾ ਕਰੇ ਇੱਕ ਵਡਾਈ ਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਪ੍ਰੇਮੀ ਜਨੋ ਇੱਕ ਦੋਆ ਦੀ ਵਿੱਚੋਂ ਇੱਕ ਵਡਿਆਈ ਉਹ ਜੀਵ ਨੂੰ ਮੰਗਤੇ ਇਹਨੂੰ ਪਖਾਰੀ ਨੂੰ ਜਰੂਰ ਮਿਲ ਜਾਂਦੀ ਹੈ ਜਾਂ ਤਾਂ ਮਾਲਕ ਨੂੰ ਧੱਕੇ ਮਾਰ ਕਰਕੇ ਬਾਹਰ ਕੱਢ ਦਿੰਦਾ ਹੈ ਜਾਂ ਫਿਰ ਤਰਸ ਕਰਕੇ ਦਇਆ ਦੇ ਘਰ ਵਿੱਚ ਆ ਕੇ ਉਹਦੀ ਝੋਲੀ ਵਿੱਚ ਖੈਰ ਪਾ ਦੇਂਦਾ ਹੈ ਸੋ ਇਸੇ ਪ੍ਰਕਾਰ ਫਿਰ ਆਰੰਭ ਤੋਂ ਪੜੋ ਜੀ ਜੇ ਦਰ ਮੰਗਤ ਕੂਕ ਕਰੇ ਕਹਿੰਦੇ ਜੇਕਰ ਕੋਈ ਜਗਿਆਸੂ ਜਾਨਾ ਨਿਮਰਤਾਵਾਨ ਹੋ ਕੇ ਮਹਾਰਾਜ ਸਹਿਬ ਜੀ ਦੇ satsangt ਰੂਪੀ ਦਰ ਤੇ ਆ ਕੇ ਸ਼ਰਦ ਦਰਬ ਝੋਲੀ ਅਟ ਕੇ ਮੰਗਦਾ ਹੈ ਮਹਾਰਾਜ ਕਿਰਪਾ ਕਰੋ ਮੈਨੂੰ ਆਪਣੀ ਸ਼ਰਨ ਰੂਪੀ ਪੱਲੇ ਦੇ ਨਾਲ ਲਗਾ ਲਓ ਮਹਾਰਾਜ ਮਨ ਬਾਣੀ ਸਰੀਰ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹਾਂ। हे ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦੇ ਦਰ ਤੇ ਆ ਕੇ ਅਸੀਂ ਫਰਿਆਦ ਕਰਦੇ ਹਾਂ। ਮਹਲੀ ਖਾਸਮ ਸੁਣੇ। ਇਹ ਕਹਿੰਦੇ ਜਿਹੜਾ ਸਰੂਪ ਰੂਪੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਸਤਿਗੁਰੂ ਜੀ ਹਨ। ਮਹਾਰਾਜ ਮਾਲਕ ਗਰੀਬ ਨਿਵਾਜ ਸਤਿਗੁਰੂ ਜੀ ਇਹ ਸਾਰੀ ਸ੍ਰਿਸ਼ਟੀ ਦੇ ਮਾਲਕ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਭਿਖਾਰੀ ਦੀ ਮੰਗਤੇ ਦੀ ਬੇਨਤੀ ਨੂੰ ਸੁਣ ਲੈਂਦੇ ਹਨ ਭਾਵੈ ਧੀਰਕ ਭਾਵੈ ਧੱਕੇ ਤੇ ਮਹਾਰਾਜ ਸੇਵ ਜੀ ਨੂੰ ਭਾਵੈ ਇਹੋ ਹੀ ਭਾਵਨ ਦਾ ਹੈ ਕਿ ਜਗਿਆਸੂ ਨੂੰ ਆਪਣੇ ਸਿੱਖ ਨੂੰ ਦਰ ਤੇ ਆਏ ਹੋਏ ਨੂੰ ਧੀਰਜਤਾ ਦੇਣੀ ਐ ਸਿੱਖਾ ਨਿਮਰਤਾ ਵਾਲ ਹੋ ਕਰਕੇ satsangit ਵਿਦਜੁੜਿਆ ਕਰ ਪ੍ਰਮਾਤਮਾ ਕੋਈ ਥੋੜ ਨਹੀਂ ਰਹਿਣ ਦੇਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੈ ਧੀਰਕ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਰੂਪ ਸਤਿਗੁਰੂ ਜੀ ਰੂ ਬਾਦਸ਼ਾਹ ਨੂੰ ਤਾਂ ਇਹੋ ਹੀ ਭਾਵਨਾ ਹੈ ਭਾਵੇ ਦਾ ਅਰਥ ਹੈ ਦੂਜਾਰ ਤਹਿ ਭਾਵਨਾ ਭਾਵ ਜਾਂਦਾ ਹੈ ਕਿ ਸਿੱਖ ਨੂੰ ਧਿਰਜਤਾ ਦੇ ਬਚਨ ਉਪਦੇਸ਼ ਦੇ ਕਰਕੇ ਨਿਵਾਜ ਦੇਣਾ ਸਿੱਖ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਬਰ ਸੰਤੋਖ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰ ਦੇਣੀ ਭਾਵੇ ਤੱਕੇ ਪਰ ਦੁਨੀਆ ਦੇ ਜਿਹੜੇ ਬਾਦਸ਼ਾਹ ਹੈ ਉਹਨਾਂ ਨੂੰ ਇਹ ਭਾ ਜਾਂਦਾ ਕਿ ਜਿਹੜਾ ਕੋਈ ਮੰਗਤਾ ਆਇਆ ਉਹਨੂੰ ਧੱਕੇ ਮਾਰ ਕਰਕੇ ਬਾਹਰ ਕੱਢ ਦੇਣਾ ਜਾ ਫਿਰ یوں ਕਹਿ ਲਿਏ ਕਿ ਭਾਵੇਂ ਤੀਰਕ ਭਾਵੇਂ ਧੱਕੇ ਕਹਿੰਦੇ ਹਨ ਕਿ ਜੇ ਮਹਾਰਾਜ ਸੇਵ ਜੀ ਸ਼ਰਨ ਦੇ ਲਾਉਣ ਦੇ ਰੂਪ ਮਹਾਰਾਜ ਧੀਰਜਤਾ ਬਖਸ਼ਿਸ਼ ਕਰ ਦਿੰਦੇ ਆ ਜਾਂ ਫਿਰ ਧੱਕੇ ਮਾਰਨੂ ਵੀ ਮਹਾਰਾਜ ਸੱਚੇ ਪਾਤਸ਼ਾਹ ਹੋਰ ਦਰ ਦਰ ਤੇ ਪਟਕਾਰ ਰਹੇ ਆ ਕੋਈ ਜ਼ਿੰਦਗੀ ਵਿੱਚ ਕਸਵੱਟੀ ਲਗਾ ਰਹੇ ਨੇ ਜ਼ਿੰਦਗੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕੋਈ ਐਸੀ ਔਕੜ ਦਾ ਸਮਾਂ ਬਖਸ਼ਿਸ਼ ਕਰਦੇ ਹਨ ਇੱਕ ਵਡਾਈ ਦੇ ਇੱਕ ਦੋਵਾਂ ਦੇ ਵਿੱਚੋਂ ਵਡਿਆਈ ਜ਼ਰੂਰ ਕਹਿੰਦੇ ਕਿ ਜੀਵ ਰੂਹ ਮੰਗਤੇ ਨੂੰ ਪ੍ਰਾਪਤ ਹੋ ਜਾਂਦੀ ਹੈ ਪਰ ਆ ਰਬਦ ਅਨਸਾਰ ਗਰੀਬਨਵਾਜ਼ ਸਤਗੁਰੂ ਜੀ ਸਭ ਦਾ ਭਲਾ ਹੀ ਕਰਨ ਵਾਲੇ ਹਨ ਜਾਣਹ ਜੋਤ ਨਾ ਪੁੱਛ ਜਾਤੀ ਇਸ ਲਈ ਪਾਤਸ਼ਾਹ ਜੀ ਕਹਿਣ ਲੱਗੇ ਪ੍ਰੇਮੀ ਜਨੋ ਜਾਨਹ ਜੋਤ ਕਰਤਾਰ ਪਰਮੇਸ਼ਰ ਦੀ ਜੋਤ ਨੂੰ ਜਾਣਨਾ ਕਰੋ ਨਾ ਜਾਣਹ ਜਾਤੀ ਜਿਹੜੀ ਤੁਸੀਂ ਜਾਤ ਪਾਰ ਦਾ ਵਿਤਕਰਾ ਕਰਦੇ ਨੋ ਕਿ ਆਪਣੇ ਨਾਲ ਮਰਾਸੀ ਨੂੰ ਲਈ ਫਿਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਜਾਤ ਦਾ ਵਿਤਕਰੇ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖ ਪਤ ਪਵੈ ਚੰਗੇ ਸੇ ਕੇ ਜਿਨ੍ਹਾਂ ਦੇ ਸਾਧ ਸੰਗਤ ਜੀ ਪਾਤ ਇੱਜ਼ਤ ਬਰਕਰਾਰ ਰਹਿੰਦੀ ਹੈ ਨਾ ਜੀਵਨ ਵਿੱਚ ਕੋਈ ਦਾਗ ਕੋਈ ਕਾਲਖ ਨਹੀਂ ਲੱਗਦੇ ਉਹ ਪਰਮਾਤਮਾ ਦੇ ਘਰ ਦੇ ਵਿੱਚ ਪਰਵਾਨ ਹੋ ਜਾਂਦੇ ਐ ਪਰ ਮਹਾਰਾਜ ਸਤਗੁਰੂ ਜੀ ਨੇ ਉਚਾਰਨ ਕੀਤਾ ਕਹਿੰਦੇ ਅੱਗੇ ਜਾਤ ਨਾ ਜੋਰ ਹੈ ਇਹ ਜੀਵ ਸੰਸਾਰ ਦੇ ਅੰਦਰ ਜਾਤਾਂ ਪਾਤਾਂ ਦੇ ਵਿਤਕਰੇ ਕਰਦਾ ਆਪਣੇ ਬਲ ਦੇ ਨਾਲ ਜ਼ੋਰ ਦੇ ਨਾਲ ਇਹੋ ਸੰਸਾਰ ਦੇ ਲੋਕਾਂ ਨੂੰ ਭਾਵੇਂ ਧਮਕਾ ਲੈਂਦਾ ਪਰ ਰੱਬ ਦੇ ਘਰ ਦੇ ਵਿੱਚ ਨਾ ਤਾਂ ਤੇਰੀ ਕੋਈ ਜਾਤ ਚੱਲਣੀ ਨਾ ਤੇਰਾ ਕੋਈ ਜੋਰ ਚੱਲੇਗਾ। ਉੱਥੇ ਤਾਂ ਅਮਲ ਆ ਦਾ ਨਿਵੇੜਾ ਹੋਣਾ ਹੈ। ਉੱਥੇ ਤਾਂ ਕੀਤੇ ਹੋਏ ਕਰਮਾਂ ਦੇ ਕਰਕੇ ਰੱਬ ਦੇ ਘਰ ਦੇ ਵਿੱਚ ਨਿਆ ਮਿਲਣਾ ਜਿੱਦਾਂ ਤੇ ਕਰਮ ਕੀਤੇ ਹੋਣਗੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਾਣ ਜੋਤ ਨਾ ਪੁੱਛ ਹੋ ਜਾਂਦੀ। हे ਜੀਵ ਐਵੇਂ ਜਾਤ ਪਾਤ ਵਿੱਚ ਨਹੀਂ ਪੈਣਾ ਚਾਹੀਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਜੋਤ ਨੂੰ ਜਾਣਨਾ ਕਰਾ। ਹਰ ਘਰ ਦੇ ਅੰਦਰ ਪਰਮਾਤਮਾ ਦੀ ਜੋਤ ਹੀ ਪ੍ਰਕਾਸ਼ ਕਰ ਰਹੀ ਹੈ ਆਗੈ ਜਾਤ ਨਾਹੀ ਕਿਉਂਕਿ ਅੱਗੇ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਵੀ ਜਾਤ ਜਾਣ ਵਾਲੀ ਨਹੀਂ ਹੈ ਜੀਵ ਦੇ ਕੀਤੇ ਹੋਏ ਕਰਮੇ ਨਾਲ ਜਾਣੇ ਆ ਜਿੱਦਾਂ ਦੇ ਕਰਮ ਕੀਤੇ ਹੋਣਗੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕੋਈ ਜਾਤ ਨਹੀਂ ਰੱਬ ਦੇ ਘਰ ਦੇ ਵਿੱਚ ਪੁੱਛਣ ਵਾਲਾ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਆਪ ਕਰਾਈ ਆਪ ਕਰੇ ਅਕਾਲ ਪੁਰਖ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਜੀਵਾਂ ਤੋਂ ਕਰਮਾਂ ਨੂੰ ਕਰਵਾਉਣ ਵਾਲਾ ਹੈ ਆਪ ਉਲਾਮੇ ਚੇਤ ਧਰੇ ਜਿਵੇਂ ਮਹਾਰਾਜ ਕਹਿੰਦੇ ਆਪ ਹੀ ਜੀਵਾਂ ਨੂੰ ਉਲਾਮੇ ਦੇ ਜਾਂਦਾ ਹੈ ਜਿੱਦਾਂ ਦੇ ਜੀਵ ਕਰਮ ਕਰਦਾ ਹੈ ਮਾੜੇ ਕਰਮ ਕਰਦਾ ਹੈ ਪਾਪ ਕਰਮ ਕਰਦਾ ਬੁਰਾ ਕਿਸੇ ਦਾ ਸੋਚਦਾ ਹੈ ਬੁਰਾ ਕਿਸੇ ਦਾ ਪਾਪ ਕਰਦਾ ਹਜੂਰ ਕਹਿੰਦੇ ਹਨ ਰੱਬ ਉਲਾਮੇ ਵੀ ਆਪ ਹੀ ਜੀਵਾਂ ਨੂੰ ਦੇ ਜਾਂਦਾ ਹੈ ਜਿਵੇਂ ਹਜੂਰ ਦੇ ਬਚਨ ਆਉਂਦੇ ਨੇ ਭਗਤ ਰਸਨਾ ਦੁਆਰਾ ਫਰੀਦ ਦਾ ਪਿਛਲ ਰਾਤ ਨਾ ਜਾਗਿ ਉਹ ਜੀਵ ਦੜੋ ਮਯੋ ਹੈ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ ਹੈ ਜੀਵ ਜੇ ਤੂੰ ਪਿਛਲੇ ਪੈਰ ਅੰਮ੍ਰਿਤ ਵੇੜੇ ਨਹੀਂ ਨਾ ਉੱਠਦਾ ਤੇ ਰੱਬ ਦੇ ਵੱਲੋਂ ਤੈਨੂੰ ਉਲਾਮ ਹੈ ਸੋ ਉਲਾਮੇ ਦਿਨਾਂ ਕੇ ਰਾਤੀ ਮਿਲਸ ਮਿਲਨ ਸ ਹੰਸ ਕਰੰਗੀ ਲੱਗਾ ਛੱਡ ਕੇ ਕਿ ਹੰਸਾਂ ਦੀ ਤਰ੍ਹਾਂ ਜਿਹੜਾ ਕਹਿੰਦੇ ਕਿ ਸੰਸਾਰ ਦੇ ਅੰਦਰ ਕਰੰਗਾ ਨਚੂਂਡਦਾ ਪਿਆ ਹੈ ਪਾਵਕੇ ਹੰਸ ਦੀ ਜਿਹੜੀ ਖੁਰਾਕ ਹੁੰਦੀ ਹੈ ਸਾਧ ਸੰਗਤ ਜੀ ਸਮੁੰਦਰ ਦੇ ਉੱਪਰ ਹੁੰਦੀ ਹੈ ਹੀਰੇ ਮੋਤੀ ਚੁਗਣਾ ਇਹ ਹੰਸਾਂ ਦਾ ਖਾਣਾ ਹੈ ਖੁਰਾਕ ਹੈ ਤੇ ਮਹਾਰਾਜ ਕਹਿੰਦੇ ਹੰਸਾਂ ਦੀ ਤਰ੍ਹਾਂ ਪ੍ਰਮਾਤਮਾ ਨੇ ਤੈਨੂੰ ਇਹ ਗੁਰਸਿੱਖ ਜੀਵਨ ਬਖਸ਼ਿਸ਼ ਕੀਤਾ ਤੇ ਤੂੰ ਵਿਸ਼ਿਆਂ ਰੂਪੀ ਜਾਜ ਕਰਕੇ ਗੰਦਗੀ ਨੂੰ ਇਸ ਸੰਸਾਰ ਦੇ ਵਿਕਾਰਾਂ ਰੂਪੀ ਕੀੜਿਆਂ ਮਕੌੜਿਆਂ ਨੂੰ ਖਾਣ ਦੇ ਵਿੱਚ ਲੱਗਾ ਹੋਇਆ ਹੈ ਹੋਰ ਹੀ ਸੰਸਾਰ ਦੀ ਭਟਕਣਾ ਵਿੱਚ ਪਿਆ ਹੋਇਆ ਇਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਪਰਮਾਤਮਾ ਉਲਾਮੇ ਵੀ ਆਪ ਹੀ ਰੱਬ ਦੇ ਜਾਂਦਾ ਹੈ ਇੱਕ ਨਹੀਂ ਦੌਰ ਨਹੀਂ ਸੈਂਕੜੇ ਹਜ਼ਾਰਾਂ ਕਿੰਨੇ ਕਿੰਨੇ ਲਾਮੇ ਰੱਬ ਦੇ ਵੱਲੋਂ ਸਾਨੂੰ ਮਿਲ ਰਹੇ ਐ ਕਿਉਂਕਿ ਮਹਾਰਾਜ ਜੀ ਦੇ ਸਤ ਸੰਗਤ ਰੂਪੀ ਇਹ ਸਰੋਵਰ ਨੂੰ ਛੱਡ ਕਰਕੇ ਗਰੀਬਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਖੋਟੀ ਸੰਗਤ ਰੂਪ ਜਾਗ ਕਰਕੇ ਇਹ ਵਿਸ਼ਿਆ ਔਰ ਕੀੜਿਆਂ ਮਕੌੜੀਆਂ ਡੱਡੀਆਂ ਨੂੰ ਖਾਣ ਦੇ ਵੀ ਜੀਵ ਲੱਗਾ ਹੋਇਆ ਹੈ ਵਿਸ਼ਿਆਂ ਰੂਪੀ ਗੰਦਗੀ ਵੀ ਜਾਗ ਕਰਕੇ ਬਾਰ ਬਾਰ ਆਪਣੀ ਚੁੰਝ ਮਾਰਦਾ ਰਹਿੰਦਾ ਹੈ ਮਹਾਰਾਜ ਜੀ ਦੀ ਸਤ ਸੰਗਤ ਰੂਪੀ ਸਰੋਵਰ ਤੇ ਆ ਕਰਕੇ ਸ਼ੁਭ ਗੁਣਾਂ ਰੂਪੀ ਹੀਰੇ ਮੋਤੀ ਚੁਗਣਾ ਛੱਡ ਕੇ ਹੋਰ ਖੋਟੀ ਸੰਗਤ ਕਰਦਾ ਰਹਿੰਦਾ ਹੈ ਸੋ ਇਸ ਪ੍ਰਕਾਰ ਤਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨੇ ਆਪ ਉਲਾਮੇ ਚਿੱਤ ਤਰੇ ਜਾਂ ਕਹਿੰਦੇ ਕਿ ਮਹਾਰਾਜ ਜੋ ਸਤ ਗੁਰਾਂ ਨੇ ਜੋ ਗੁਰਬਾਣੀ ਵਿੱਚ ਉਲਾਮੇ ਦਿੱਤੇ ਹੈ ਨਾ ਜੀਵ ਨੂੰ ਤਾੜਨਾਂ ਦੇ ਵਚਨ ਕੀਤੇ ਹੈ ਜੇ ਕਿਤੇ ਜੀਵ ਚਿੱਤ ਵਿੱਚ ਤਰੇ ਧਾਰਨ ਕਰ ਲਵੇ ਪਰਮਾਤਮਾ ਅਕਾਲ ਪੁਰਖ ਦਾ ਭੈ ਕਰ ਲਵੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾ ਲਵੇ ਤਾਂ ਵੀ ਇਹਦਾ ਭਲਾ ਹੋ ਜਾਂਦਾ ਹੈ ਆਪ ਉਲਾਮੇ ਚੇਤਤਰੇ ਤੇ ਉਲਾਮੇ ਦੇਣ ਵਾਲਾ ਵੀ ਪਰਮਾਤਮਾ ਆਪ ਹੈ ਚਿਤ ਵਿੱਚ ਜਗਿਆਸ ਰੂਪ ਹੋ ਕਰਕੇ ਧਾਰਨ ਕਰਨ ਵਾਲਾ ਵੀ ਵਾਹਿਗੁਰੂ ਆਪ ਹੀ ਹੈ ਜਾ ਤੂੰ ਕਰਨ ਹਾਰ ਕਰਤਾਰ ਜੇ ਕਰਤਾਰ ਕਰਨ ਹਾਰੇ ਪਰਮਾਤਮਾ ਹੇ ਅਕਾਲ ਪੁਰਖ ਵਾਹਿਗੁਰੂ ਜੇਕਰ ਤੂੰ ਆਪ ਸਾਡੇ ਵੱਲ ਹੈ ਕਿਆ ਮਹਤਾਜੀ ਕਿਆ ਸੰਸਾਰ ਇਹ ਮਹਾਰਾਜ ਕੀ ਸੰਸਾਰ ਦੇ ਜੀਵ ਹਨ ਤੇ ਕੀ ਸੰਸਾਰ ਦੇ ਅਧੀਨਗੀ ਹੈ ਜੇ ਪ੍ਰਮਾਤਮਾ ਆਪ ਸਾਡੇ ਵੱਲ ਹੋ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੋਂ ਸੌਪਿਆ ਜਾਂ ਤੇਰਾ ਬੰਦਾ ਪ੍ਰਮਾਤਮਾ ਫਿਰ ਮੈਨੂੰ ਕਿਸੇ ਦੀ ਅਧੀਨਗੀ ਕਰਨ ਦੀ ਕੀ ਲੋੜ ਹੈ ਮੈਂ ਕਿਉਂ ਕਿਸੇ ਦੀ ਝੂਠੀ ਖੁਸ਼ਾਮਦ ਕਰਾਂ ਜੇ ਪ੍ਰਮਾਤਮਾ ਆਪ ਮੇਰੇ ਵੱਲ ਹੋ ਆਪ ਉਪਾਈ ਆਪੇ ਦੇ ਪਰਮੇਸ਼ਰ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਕਰਮਾਂ ਅਨਸਾਰ ਆਪ ਹੀ ਦਾਤਾਂ ਦੇ ਰਿਹਾ ਹੈ ਆਪੇ ਦੁਰਮਤ ਮਨਹਿ ਕਰੇ ਆਪ ਹੀ ਪ੍ਰਮਾਤਮਾ ਜਗਿਆਸੂਆਂ ਦੇ ਗੁਰਮੁਖਾਂ ਦੇ ਹਿਰਦੇ ਵਿੱਚੋਂ ਖੋਟੀ ਮਤ ਨੂੰ ਮਨਹਿ ਮਨਾ ਕਰ ਦਿੰਦਾ ਹਟਾ ਦਿੰਦਾ ਹੈ ਆਪ ਹੀ ਆਪਾਵ ਕਰਨ ਵਾਲਾ ਹੈ ਗੁਰ ਪਰਸਾਦ ਵਸੈ ਮਨ ਆਏ ਗੁਰਾਂ ਦੀ ਕਿਰਪਾ ਦੁਆਰਾ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਆਪ ਆ ਕੇ ਵਸ ਗਿਆ ਹੈ ਵਾਹਿਗੁਰੂ ਜੀ ਦੀ ਜਾਤ ਜਿਨ੍ਹਾਂ ਦੇ ਹਿਰਦੇ ਅੰਦਰ ਵਸ ਗਈ ਹੈ ਦੁੱਖ ਅਨੇਰਾ ਵਿੱਚ ਹਜਾਏ ਦੁੱਖ ਅਨੇਰਾ ਅਨੇਰਾ ਭਾਰਾ ਪਾਠ ਉਚਾਰਨ ਕਰਨਾ ਹੈ ਮਹਾਰਾਜ ਕਹਿੰਦੇ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਵੀ ਚਲਾ ਗਿਆ ਹੈ ਔਰ ਅਗਿਆਨ ਦਾ ਹਨੇਰਾ ਅਵਰਨ ਦਾ ਪਰਦਾ ਵੀ ਪਰਮਾਤਮਾ ਨੇ ਹਟਾ ਦਿੱਤਾ ਹੈ ਸਾਚ ਪਿਆਰਾ ਆਪ ਕਰੇ ਇਹ ਸੱਚੇ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਦਾ ਹੈ ਨਾ ਉਹ ਵੀ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਲਗਾ ਬੰਦਾ ਹੈ ਜੋ ਵਾਇਗਰੂ ਦੇ ਨਾਮ ਦੇ ਨਾਲ ਪ੍ਰੀਤ ਕਰਦਾ ਹੈ ਆਪ ਕਰੇ ਪਰਮੇਸ਼ਰ ਆਪ ਹੀ ਜਗਿਆਸੂ ਰੂਪ ਹੋ ਕਰਕੇ ਕਰ ਰਿਹਾ ਹੈ ਆਵਰੀ ਕਾ ਸਾਚਨਾ ਦੇ ਜਿਹੜੇ ਆਵਰੀ ਹੋਰ ਮਤਾਂ ਮਤੰਤਰਾਂ ਵਾਲੇ ਹੈਂਕੜਬਾਜੀ ਵਾਲੇ ਜੀਵ ਹੈ ਪ੍ਰਮਾਤਮਾ ਉਹਨਾਂ ਨੂੰ ਨਾਮ ਦੀ ਪ੍ਰੀਤ ਨਹੀਂ ਬਖਸ਼ਿਸ਼ ਕਰਦਾ ਜਿਵੇਂ ਹਜੂਰ ਦੇ ਬਚਨ ਆਉਂਦੇ ਹਨ ਨਾ ਇੱਕ ਨਾਂ ਨੂੰ ਸਭ ਸੋਝੀ ਆਈ ਇੱਕ ਫਿਰ ਦੇ ਵੇ ਪਰਵਾਹਾ ਇਕ ਉਹ ਜੀਵ ਜਿਨ੍ਹਾਂ ਨੂੰ ਰੱਬ ਨੇ ਸੋਝੀ ਬਖਸ਼ੀ ਹੈ ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਲ ਮਿਲਣ ਦੀ ਤੜਪ ਪੈਦਾ ਹੋਈ ਹੈ ਵਿਛੋੜੇ ਦਾ ਅਹਿਸਾਸ ਹੈ ਹਿਰਦੇ ਅੰਦਰ ਦੁੱਖ ਹੈ ਉਹ ਹਰ ਸਮੇਂ ਬੇਰਤਿਆ ਕਰਦੇ ਨੇ ਮਹਾਰਾਜ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲੋ ਹਾਰਾਮ ਚਾਰ ਕੁੰਟ ਦੇਸ ਭ੍ਰਮੇ ਥੱਕ ਆਏ ਪ੍ਰਭ ਕੀ ਥਾਮ हे ਪ੍ਰਮਾਤਮਾ ਸਾਡੇ ਮਾੜੀ ਕਰਮ ਕਹੋਣੇ ਕਰਕੇ ਮਾੜੀ ਕਿਰਤ ਹੋਣੇ ਕਰਕੇ ਤੁਹਾਡੇ ਤੋਂ ਵਿਛੋੜਾ ਹੋਇਆ ਹੁਣ ਕਿਰਪਾ ਕਰਕੇ ਆਪਣੇ ਸਰੂਪ ਦੇ ਵੀ ਸਾਨੂੰ ਮੇਲ ਲਾਓ ਆਪਣੇ ਅਪੇਹਰਤਾ ਬਖਸ਼ਿਸ਼ ਕਰ ਦੇਵੋ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਸੋਝੀ ਬਖਸ਼ੀ ਹੈ ਪਰ ਇੱਕ ਉਹ ਵੀ ਹੈ ਜਿਹੜੇ ਲਾਪਰਵਾਹ ਹੋ ਕੇ ਤੁਰੇ ਫਿਰਦੇ ਆ ਆ ਜਗ ਮਿੱਠਾ ਅਗਲਾ ਕਿੰਨੇ ਡੇਠਾ ਅੱਗਾ ਦੇਖਿਆ ਕਿਸੇ ਨੇ ਹੁਣ ਚਾਰ ਦਿਨ ਮौज-ਮਸਤੀ ਕਰੀਏ ਐਸ਼ ਕਰ ਲਈਏ ਰੰਗਾ ਬਰੰਗਾ ਦੀ ਦੁਨੀਆਦਾਰੀ ਦੇਖ ਲਈਏ ਸੋਇਸ ਪ੍ਰਕਾਰ ਉਹਨਾਂ ਨੂੰ ਰੱਬ ਨੇ ਸੋਝੀ ਨਹੀਂ ਬਖਸ਼ੀ ਔਰ ਮਹਾਰਾਜ ਸਾਹਿਬ ਜੀ ਦੇ ਹੋਰ ਵੀ ਬਚਨ ਅਸੀਂ ਪੜਦੇ ਹਾਂ ਨਾ ਇਹੋ ਜੱਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਪਾਣਾ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪ੍ਰਮਾਤਮਾ ਦੀ ਰਜ਼ਾ ਹੈ ਸਤਿਗੁਰੂ ਜੀ ਕਹਿੰਦੇ ਇੱਕ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਸੱਚੇ ਨਾਮ ਦਾ ਪਿਆਰ ਬਖਸ਼ਿਸ਼ ਕੀਤਾ ਪਰ ਇੱਕ ਹੋਰ ਜਿਹੜੇ ਹੰਕਾਰ ਹੈਂਕੜ ਬਾਜੀ ਵਾਲੇ ਨੇ ਅਵਰੀ ਕਉ ਸਾਚ ਨਾ ਦੇ ਉਹਨਾਂ ਨੂੰ ਸੱਚੇ ਨਾਮ ਦੀ ਦਾਤ ਨਹੀਂ ਬਖਸ਼ੀ ਉਹਨਾਂ ਨੂੰ ਸੰਸਾਰ ਦੀ ਮੋਹ ਮਮਤਾ ਲਾਈ ਹੈ ਜੇ ਕਿਸੈ ਦੇ ਵਖਾਣਾ ਜੇ ਕਿਸੈ ਦੇਵ ਖਾਣਾ ਧੰ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ ਜੇ ਕਿਸੈ ਦੇਵ ਖਾਣਾ ਨਾਨਕ ਇਥੇ ਵਿਸਰਾਮ ਹੈ ਮਹਾਰਾਜ ਕਹਿੰਦੇ ਜੇ ਪਰਮਾਤਮਾ ਜੀਵ ਤੇ ਤਰਸ ਕਰਕੇ ਜੀਵ ਦੀ ਝੋਲੀ ਵਿੱਚ ਖੈਰ ਪਾ ਦੇਵੇ ਸ਼ਰਦਾ ਰੂਪ ਝੋਲੀ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇ। ਆਗੈ ਪੁੱਛ ਨਾਲੇ ਫਿਰ ਅੱਗੇ ਪਰਮਾਤਮਾ ਦੇ ਘਰ ਦੇ ਵਿੱਚ ਉਹਦੇ ਤੋਂ ਕੋਈ ਪੁੱਛਦਾ ਨਹੀਂ ਹੈ। ਕਰਮਾਂ ਦਾ ਹਿਸਾਬ ਕਿਤਾਬ ਕੋਈ ਨਹੀਂ ਪੁੱਛਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਅੱਗੇ ਵਾਹਿਗੁਰੂ ਦੇ ਘਰ ਦੇ ਵਿੱਚ ਕੋਈ ਉਹਦੇ ਤੋਂ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਪੁੱਛਿਆ ਜਾਂਦਾ। ਜੇ ਪਰਮਾਤਮਾ ਕਿਰਪਾ ਕਰਕੇ ਜੀਵ ਦੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇ ਫਿਰ ਤਾਂ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਜਾ ਵੀ ਕਾਗਜ਼ ਫਾੜ ਦਿੰਦਾ ਜੋ ਕਰਮਾ ਵਾਲਾ ਹਿਸਾਬ ਕਿਤਾਬ ਕਰਨ ਵਾਲਾ ਵਾਹਿਗੁਰੂ ਜਿਸ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜ ਦਿੰਦਾ ਹੈ ਸਤਿਗੁਰੂ ਜੀ ਮਿਹਰ ਕਰਨ ਪਾਵਨ ਉਪਦੇਸ਼ ਸਾਡੇ ਰਿਦਿਆਂ ਵਿੱਚ ਵਸ ਜਾਵੇ ਗੁਰੂ ਬਚਨਾ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਗੁਰਬਾਣੀ ਦੀ ਵਿਚਾਰ ਕਰਦਿਆਂ ਤਹੋਇਆਂ ਬੇਅੰਤ ਪੁੱਲਾਂ ਦੀ ਖਿਮਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣ ਹਾਰੋ ਆਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ ਦੇਹ ਸੱਜਣ ਅਸੀਸ ੜੀਆ ਜਿਉ ਹੋਵੈ ਸਾਹਿਬ ਸਿਓ ਮੇਲਾ ਸਾਚ ਪਿਆਰਾ ਆਪ ਕਰੇ ਆਵਰੀ ਕਾ ਸਾਚ ਨਾ ਦੇ ਜੇ ਕਿਸੈ ਦੇ ਵਖਾਣਾ ਨਾਨਕ ਅਗ ਪੁੱਛਣਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ